بسم اللہ الرحمن الرحیم السلام علیکم لیسن نمبر 13 پیج نمبر 107 کمپورتا مینٹی رویہ دت تنیرے جڑا سان رکھنا ہے ان پریزن سمجھودی دل سے نیالے دی 13 14 والے جدوں اے والا سلپری والا سائن ਸਾਡੇ سامنے وچ نیالے وچ تو ادوں ساڈا رویہ کس طرح دا ہونا چاہیے دا یا اساں کی کرنا ਇਹ ਦੁਬਾਰਾ ਦੱਸੇਗਾ ਸਵਾਲ ਨੰਬਰ 1 ਇਨ ਪ੍ਰੈਜ਼ੈਂਸਾ ਦੇਲ ਸਨੀਆਲੇਰਾ ਫਿਗੂਰਾਤੋ ਦਿਖਾਇਆ ਗਿਆ ਸਿਗਨਲ ਅਗਾ ਪੇ ਕਰਦਾ ਇਹ ਦਿਖਾਏ ਗਏ ਸਿਗਨਲ ਕੀ ਸੋਰੀ ਮੌਜੂਦਗੀ ਮੈਂ ਇਨ ਪ੍ਰੈਜ਼ੈਂਸਾ ਦੇਲ ਸਨੀਆਲੇਰਾ ਫਿਗੂਰਾਤੋ ਦਿਖਾਏ ਗਏ ਸਿਗਨਲ ਕੀ ਮੌਜੂਦਗੀ ਮੈਂ ਇਹ ਨੀਚੇ ਸਾਰੀਓ ਜ਼ਰੂਰੀ ਹੈ ਮੋਦੇ ਰਾਰੇਲਾ ਵੇਲੋਚੀਤਾ ਸਪੀਡ ਕੱਟ ਕਰ ਲੋ ਇਹ ਪਤਾ ਹੈ ਵੇਰੇ ਹੀ ਨੇ ਇਦ ਔਰ ਇਹ ਵੀ ਤਾਰੇ ਬਚੋ ਬਰਸ ਕੇ ਫਰੇਨਾਨ ਤੇ ਯਕਦਮ ਬ੍ਰੇਕ ਮਾਰਨ ਤੋਂ ਬਰਸ ਕੇ ਹੁੰਦਾ ਯਕਦਮ ਫਰੇਨਾਨ ਤੇ ਬ੍ਰੇਕ ਮਾਰਨ ਤੋਂ ਇਨਕਾਜ਼ੋ ਦੀ ਪਿਓਜਾ ਅਗਰ ਬਾਰਿਸ਼ ਹੋ ਰਹੀ ਹੈ ਯਾਨੀ ਕਿ ਇਹ ਵਾਲਾ ਸਾਈਨ ਹੈ ਇਹਦਾ ਮਤਲਬ ਇਹ ਵੀ ਕਰੋਟ ਸਲਿੱਪਰੀ ਹੈ ਤੁਹਾਡੀ ਗੱਡੀ ਸਲਿੱਪ ਹੋ ਸਕਦੀ ਹੈ ਤੇ ਇਹ ਸੂਰਤ ਹਾਲ ਦੇ ਵਿੱਚ ਬਾਰਿਸ਼ ਵੀ ਹੋ ਰਹੀ ਹੈ ਤੇ ਜੇ ਜਰੀ ਅਸੀਂ ਯਕਦਮ ਬ੍ਰੇਕ ਮਾਰਨੇ ਆ ਜਾਂ ਤੇਜ਼ ਬ੍ਰੇਕ ਮਾਰਨੇ ਆ ਆਂਦਾ ਇਹ ਵੀ ਤਾਰੇ ਉਹਦੇ ਤੋਂ ਬਚੋ ਤੱਕੀ ਕਰੋ ਆਪਣੀ ਸਪੀਡ ਜ਼ਰੂਰੀ ਹੈ ਆਪਣੀ ਸਪੀਡ ਕੱਟ ਕਰ ਲਓ ਮੋਦਰਾਰੇਲਾ ਵੈਲੋਚੀਤਾ ਮੋਦਰਾਰੇ ਦੇ ਸਵਾਲ ਸਾਰੇ ਵੀਰੋ ਨੇ ਇੱਕ ਸਵਾਲ ਫਾਲਸ ਹੋਵੇ ਨਨਸਨ ਬੀਟੀਸੀ ਬੀਟੀਐਸ ਵਾਲਾ ਤੇ ਬਹੁਤ ਜ਼ਿਆਦਾ ਸਵਾਲ ਨੇ ਇਸ ਲਈ ਅਜੇ ਇੰਚ ਰੱਖ ਲਓ ਸਵਾਲ ਨੰਬਰ 2 ਇਨ ਪ੍ਰੈਜ਼ੈਂਸ ਆ ਦੇ ਸਿਨਿਆਲੇ ਲਾ ਫਿਗਰਾ ਤੋ ਦਿਖਾਏ ਗਏ ਸਿਗਨਲ ਦੀ ਮੌਜੂਦਗੀ ਮੈਂ ਇਹ ਨੇਚੇ ਸਾਰੀਓ ਜ਼ਰੂਰੀ ਹੈ ਮੋਦਰਾਰੇਲਾ ਵੈਲੋਚੀਤਾ ਆਪਣੀ ਸਪੀਡ ਕੱਟ ਕਰ ਲਵੋ ਇੱਦ ਔਰ ਇਹ ਵੀ ਤਾਰੇ ਬਚੋ ਬਰੁਸਕੇ ਯਕਦਮ ਆਚੇਲੇ ਰਾਤੇ ਰੇਸ ਦੇਣ ਤੋਂ ਇਨਕਾਜ਼ੋ ਦੀ ਗਿਆਚੋ ਬਰਫ ਦੀ ਸੂਰਤ ਦੇ ਵਿੱਚ ਯਕਦਮ ਬ੍ਰੇਕ ਤੋਂ ਵੀ ਬਚਣਾ ਹੈ ਬ੍ਰੇਕ ਮਾਰਨ ਤੋਂ ਜਿਸ ਤਰ੍ਹਾਂ ਇੱਥੇ ਲਿਖਿਆ ਹ ਹ ਬਰੁਸਕੇ ਫਰੇਨਾਨ ਤੇ ਤੇ ਵੀ ਬਚਣਾ ਤੇ ਬਰੁਸਕੇ ਆਚੇਲੇ ਰਾਤ ਤੋਂ ਵੀ ਬਚਣਾ ਬਰੁਸਕੇ ਫਰੇਨਾਨ ਤੇ ਬਾਰਿਸ਼ ਵਿੱਚ ਤੇ ਇਹ ਗਿਆਚੋ ਬਰਫ ਵਿੱਚ ਰੇਸ ਦੇਣ ਤੋਂ ਵਿੱਚ ਨਾ ਸਵਾਲ ਨੰਬਰ 3 ਇਨ ਪ੍ਰੈਜ਼ੈਂਸ ਅਦਲ ਸਨੀ ਹਾਲਾ ਰਾ ਫਿਗਰ ਆ ਤੁਹ ਦਿਖਾਏਗਾ ਸਿਗਨਲ ਦੀ ਮੌਜੂਦਗੀ ਵਿੱਚ ਇਹ ਨੀਚੇ ਸਾਰੀ ਜ਼ਰੂਰੀ ਹੈ ਮੋਦਰ ਆ ਰੇਲਾ ਵੇਲੋਚੀ ਦਾ ਸਪੀਡ ਆਪਣੀ ਕੱਟ ਕਰ ਲਓ ਹੁਣ ਇਹਦੇ ਵਿੱਚ ਇੱਕ ਚੀਜ਼ ਵੇਖਣ ਆ ਲਈਏ ਵੇਖੋ ਇਹਦੇ ਚ ਇਹ ਵੀ ਪਤਾ ਹੈ ਇਹ ਵੀ ਸਾਡਾ ਗੈਸ ਤੇ ਇਹ ਸਵਾਲ ਚ ਵੀ ਸਾਡਾ ਗੈਸ ਸੇ ਮੋਦਰ ਆ ਰੇਲਾ ਵੇਲੋਚੀ ਤੱਕ ਭਾਈ ਸੈਂਪਰੇ ਵੀਰ ਹੋਵੇ ਸਿਰਫ ਇੱਕ ਫਾਲਸ ਹੋਵੇ ਹੂੰ ਜੇ ਇਹ ਤੁਹਾਨੂੰ ਪਤਾ ਹੈ ਤੇ ਤੁਸੀਂ ਇਹ ਤਿੰਨ ਸਵਾਲ ਤੇ ਤੁਹਾਡੇ ਵੈਸੇ ਵੀ ਠੀਕ ਨੇ ਇਹ ਦੇਵੀ ਤਾਰੇ ਬੱਚੋ ਬਰੁਸਕਿਸ ਤਰੇ ਜਾਤੇ ਇਕਦਮ ਸਟੀਰਿੰਗ ਗੁਮਾਨ ਤੋਂ ਇਨਕਾਜ਼ ਦੀ ਪਿਓ ਜਾ ਬਾਰਿਸ਼ ਦੇ ਵਿੱਚ ਰੋਡ ਸਲਿਪਰੀ ਹੈ ਤੇ ਇੱਕ ਤੇ ਆਪਣੀ ਸਪੀਡ ਅਸਾਂ ਘਟ ਕਰਨੀ ਹੈ ਫਿਰ ਉਸ ਤੋਂ ਇਲਾਵਾ ਬਚਣਾ ਹੈ ਕਿ ਅਸਾਂ ਇਕਦਮ ਤਰੇ ਜਾਤੇ ਨਹੀਂ ਸਟੀਰਿੰਗ ਨਹੀਂ ਘੁਮਾਉਣਾ ਮਸਲਨ ਮੋਰ ਨਹੀਂ ਮੋਰ ਲੈਣਾ ਰੋਤੋਂਦੇਆਂ ਤੇ ਹੋਰੇ ਸਰੰਪਦਾਸੀ ਕਰਨੇ ਆ ਅਗਰ بارش ਹੋ ਰਹੀ ਹੈ ਤੇ ਫਿਰ ਹੋ ਗਿਆ ਸਵਾਲ ਸਵਾਲ ਨੰਬਰ 4 ਇਨ ਪ੍ਰੈਜ਼ੈਂਸ ਆਫ ਦਿਲ ਸਿਨੇਲ ਰਾਫੀ ਗਰਾ ਤੋਂ ਦਿਖਾਏ ਗਏ ਸਿਗਨਲ ਕੀ ਮੌਜੂਦਗੀ ਵਿੱਚ ਇਹ ਨਿਚੇ ਸਾਰੀ ਜ਼ਰੂਰੀ ਹੈ ਮੋਦਰ ਆਲੇ ਦਾ ਵੈਲੋਸਿਟਾ ਇਹਦੇ ਚ ਵੀ ਆ ਗਿਆ ਠੀਕ ਹੈ ਭਾਈ ਫਿਰ ਹੋਵੇ ਆਪਣੀ ਸਪੀਡ ਘਟ ਕਰ ਲਓ ਇਹ ਤਨੇਰੇ ਰੱਖੋ ਪ੍ਰੈਜ਼ੈਂਟ ਤੇ ਕੇ ਲਾਦਿਸਤਾਨ ਸਦ ਸਿਕੁਰੇ ਸਜਾਰਾ ਹਫਾਜ਼ਤੀ ਹੈ ਫਾਸਲਾ ਆਉ ਮੈਨ ਤਬ ਰਹਾ ਦੋ ਇਨ ਕਾਜ਼ੋ ਦੀ ਗਿਆਚੋ ਬਰਫ ਦੇ ਵਿੱਚ ਦਿਸਤਾਨ ਸਦ ਸਿਕੁਰੇ ਸਾ ਕਿਹੜੀ ਚੀਜ਼ ਹੈ ਦਿਸਤਾਨਸ ਸਾਡੀ ਸਿਕਿਉਰੈਸ ਆ ਅਗਲੀ ਗੱਡੀ ਤੋਂ ਪਿਛਲੀ ਗੱਡੀ ਦੇ ਦਰਮਿਆਨ ਇਹ ਵਾਲਾ ਜਿਹੜਾ ਫਾਸਲਾ ਇਹ ਦਿਸਤਾਨਸ ਸਾਡੀ ਸਿਕਿਉਰੈਸ ਹੈ ਕਹਿੰਦੇ ਅਗਰ ਇਹ ਵਾਲਾ ਸਾਈਨ ਤੁਹਾਨੂੰ ਨਜ਼ਰ ਆ ਰਿਹਾ ਹੈ ਫਿਰ ਇਹ ਜਿਹੜਾ ਦਿਸਤਾਨਸ ਸਾਡੀ ਸਿਕਿਉਰੈਸ ਹੈ ਇਹਨੂੰ ਆਪੂ ਮਿਹਨਤਾ ਕਰ ਦੋ ਇਹਨੂੰ ਜ਼ਿਆਦਾ ਕਰ ਦੋ ਫਰਜ਼ ਕਰੋ ਅਗਲੀ ਗੱਡੀ ਤੋਂ ਬਹੁਤ ਜ਼ਿਆਦਾ ਤੁਸੀਂ ਫਾਸਲਾ ਵਿੱਚ ਰੱਖੋ ਕਿਨਕਾਜ਼ੋ ਦੀ ਗਿਆਚੋ ਅਗਰ ਬਰਫ਼ ਦੀ ਸੂਰਤ ਆਲੇ ਸਵਾਲ ਨੰਬਰ 5 ਇਨ ਪ੍ਰੈਜ਼ੈਂਸ ਆਫ ਦਿਲ ਸਿਨੇਲ ਰਾਫੀ ਗਰਾਹ ਤੋਂ ਦਿਖਾਏ ਗਏ ਸਿਗਨਲ ਦੀ ਮੌਜੂਦਗੀ ਵਿੱਚ ਇਹ ਨਿਚੇ ਸਾਰੀ ਜ਼ਰੂਰੀ ਹੈ ਤਨੇਰੇ ਪ੍ਰੈਜ਼ੈਂਟ ਤੇ ਆਪਣੇ ਧਿਆਨ ਚ ਰੱਖੋ ਕਿ ਇਹਲਾ ਦਿਸਤਾਨ ਸਾ ਦੀ ਫਰੇਨਾ ਤੋਰਾ ਜਿਹੜਾ ਬ੍ਰੇਕ ਮਾਰਨ ਦਾ ਫਾਸਲਾ ਦੀ ਮਿਨੋਇਸ਼ੇ ਕੱਟ ਹੋ ਜਾਂਦਾ ਇਨਕਾਜ਼ੋ ਦੀ ਪਿਓਜਾ بارش ਦੀ ਕੇਸ ਵਿੱਚ ਮਤਲਬ ਦਿਸਤਾਨ ਸਾ ਦੀ ਫਰੇਨਾ ਤੋਰਾ ਕੀਏ ਦਿਸਤਾਨ ਸਾ ਦੇ ਸਿਕੁਰੇ ਸਾ ਦਾ ਤੁਹਾਨੂੰ ਪਤਾ ਚੱਲ ਗਿਆ ਦਿਸਤਾਨ ਸਾ ਦੀ ਫਰੇਨਾ ਤੋਰਾ ਇਹ ਵੇ ਕਿ ਅਗਰ ਤੁਹਾਡੀ ਗੱਡੀ ਪਹ ਜਾਂਦੀ ਹੈ ਸਪੀਡ ਨਾਲ ਇੱਥੇ ਤੁਸੀਂ ਬ੍ਰੇਕ ਡਰਾਈਵਰ ਬ੍ਰੇਕ ਮਾਰਦਾ ਹੈ ਤੇ ਇੱਥੋਂ ਲੈ ਕੇ ਜਿੱਥੇ ਜਾ ਕੇ ਗੱਡੀ ਰੋਕਦੀ ਏ ਇਹ ਜਿੰਨਾ ਫਾਸਲਾ ਬ੍ਰੇਕ ਮਾਰਨ ਤੋਂ ਲੈ ਕੇ ਗੱਡੀ ਦੇ ਰੁਕਣ ਤੱਕ ਇਹ ਦੀ ਸਤਾਨ ਸਦੀ ਫਰੇਨਾ ਤੁਰਾ ਹੈ ਅਗਰ ਬਾਰਿਸ਼ ਹੋ ਰਹੀ ਹੈ ਤੁਸੀਂ ਮੈਨੂੰ ਦੱਸੋ ਅਗਰ ਰੋਡ ਸੁੱਕਾ ਹੈ ਤੇ ਗੱਡੀ ਇਸ ਪੁਆਇੰਟ ਤੇ ਜਾ ਕੇ ਰੁਕ ਗਈ ਹੈ ਨਾ ਤੇ ਜੇ ਬਾਰਿਸ਼ ਹੋ ਰਹੀ ਹੈ ਤੇ ਗੱਡੀ ਇੱਥੇ ਹੀ ਰੁਕ ਇੱਥੇ ਆ ਕੇ ਰੁਕੇਗੀ ਇਹ ਪੁਆਇੰਟ A ਵੇ F B ਤੇ R C ਵੇ بارش ਦੇ ਵਿੱਚ ਗੱਡੀ B ਪੁਆਇੰਟ ਤੇ ਰੁਕੇਗੀ ਕਿ C ਪੁਆਇੰਟ ਤੇ ਰੁਕੇਗੀ ਮਤਲਬ ਅਗਰ بارش ਹੋ ਰਹੀ ਹੈ ਰੋਡ ਸੁੱਕਾ ਹੈ ਤਾਂ ਤੁਸੀਂ ਬ੍ਰੇਕ ਮਾਰਦੇ ਹੋ ਤਾਂ ਗੱਡੀ A ਪੁਆਇੰਟ ਤੇ ਰੁਕਦੀ ਹੈ بارش ਹੋ ਰਹੀ ਹੈ ਤੇ ਗੱਡੀ B ਤੇ ਰੁਕੇਗੀ ਨਹੀਂ ਜ਼ਾਹਰ ਬ੍ਰੇਕ ਜ਼ਿਆਦਾ ਦੂਰ ਜਾਏਗੀ ਸਲਿੱਪ ਸਲਿਪਰੀ ਰੋਡ ਬ੍ਰੇਕ B ਦੀ بجائے A ਦੀ بجائے C ਤੇ ਜਾ ਕੇ ਰੁਕੇਗੀ ਤੇ ਦਿਸਤਾਨਸਾ ਦੀ ਫ੍ਰੇਨਾ ਤੋਰਾ ਕੀ ਹੈ ਆਉ ਮਿੰਟ ਹੈ ਜ਼ਿਆਦਾ ਹੋ ਜਾਂਦਾ ਯਾਨੀ ਕਿ ਗੱਡੀ ਦੂਰ ਜਾ ਕੇ ਰੁਕਦੀ ਏ ਤੇ ਦਿਸਤਾਨਸਾ ਦੀ ਫ੍ਰੇਨਾ ਤੋਰਾ ਜ਼ਿਆਦਾ ਹੋ ਜਾਂਦਾ ਏ ਇਹ ਪੈਂਦਾ ਦਿਸਤਾਨਸਾ ਦੀ ਫ੍ਰੇਨਾ ਤੋਰਾ ਡਿਮਿਨਿਊਸ਼ ਕੱਟ ਜਾਂਦਾ ਏ ਕਿ B ਤੇ ਰੁਕੇਗੀ ਫਾਲਸੋ ਹੋ ਗਿਆ ਸਵਾਲ ਨੰਬਰ 6 ਇਨ ਪ੍ਰੈਜ਼ੈਂਸ ਅਦਲ ਸਿਨੇ ਵਾਲੇ ਰਾਫੀ ਗੁਰਾ ਤੋਂ ਦਿਖਾਏਗੇ ਸਿਗਨਲ ਦੀ ਮੌਜੂਦਗੀ ਮੈਂ ਇਹ ਨੀਚੇ ਸਾਰੀ ਜ਼ਰੂਰੀ ਦਿਮੀ ਨੋਵੇਰੇਲਾ ਦਿਸਤਾਨ ਸਫਾਸਲਾ ਕੱਟ ਕਰ ਲੋ ਦਲ ਵਹੀਕਲੋ ਉਸ ਗੱਡੀ ਤੋਂ ਕੇ ਚੀ ਪ੍ਰੇਚੇ ਦੇ ਜਿਹੜੇ ਤੁਹਾਡੇ ਤੋਂ ਅੱਗੇ ਵੀ ਇਨਕਾਜ਼ੋ ਦੀ ਪਿਓਜਾ بارش ਦੇ ਕੇਸ ਚ ਯਾਨੀ ਅਗਰ ਤੁਹਾਡੇ ਤੋਂ ਅੱਗੇ ਗੱਡੀ ਜਾਂਦੀ ਹੈ ਤਾਂ ਅੰਦਾ ਅਗਰ ਤੁਸੀਂ ਇੱਥੇ ਰੱਖ ਕੇ ਜਾਂਦੇ ਹੋ ਨਾ ਤੁਹਾਡੀ ਗੱਡੀ ਹੈ ਉਹ ਤਾਂ ਕੱਟ ਕਰ ਲਓ ਇੱਥੇ ਲੈ ਆਓ ਦਿਸਤਾਨਸਾ ਡਿਮੀਨੁਇਰੇਲਾ ਦਿਸਤਾਨਸਾ ਫਾਸਲਾ ਘੱਟ ਕਰ ਲੋ ਦਲ ਵਹੀ ਕੋਲ ਉਸ ਗੱਡੀ ਤੋਂ ਕੇ ਚੀ ਪਰਚੇ ਦੇ ਜਿਹੜੀ ਤੁਹਾਡੇ ਅੱਗੇ ਵੇ بارش ਦੇ ਕੇਸ اچ ਫਾਲਸੋ ਸਵਾਲ ਨੰਬਰ 7 ਇਨ ਪ੍ਰੈਜ਼ੈਂਸਾ ਦੇ ਸੁਨਿਆਲੇ ਰਾਫੀ ਗੁਰਾਤੋ ਇਹ ਨੀਚੇ ਸਾਰੀ ਜ਼ਰੂਰੀ ਆਚੇਲੇ ਰਾਰੇ ਰੇਸ ਦਵ ਬਰਸ ਕਾ ਮੈਂਤ ਯਕਦਮ ਇਨਕਾਜ਼ੋ ਦੀ ਪਿਓਜਾ بارش ਦੇ ਵਿੱਚ ਅੰਦਰ ਜ਼ਰੂਰੀ ਹੈ ਕਿ ਤੁਸੀਂ ਯਕਦਮ ਰੇਸ ਦੇ ਇੱਕ ਗੱਡੀ ਚਲਾਵ ਫਾਲਸੋ ਇਹ ਕਦਮ ਤੇ ਵੈਸੇ ਵੀ ਆ ਚਲੇ ਰਹਾ ਅਰੇ ਬਰਸਕਾ ਮੈਂ ਤੇ ਅਲੱਦ ਕੋਈ ਵੀ ਆਹ ਕੰਮ ਕਰਨੇ ਨਹੀਂ ਹੁੰਦਾ ਸਵਾਲ ਨੰਬਰ 8 ਇਨ ਪ੍ਰੈਜ਼ੈਂਸਾ ਦੇ ਸੁਨਿਆਲੇ ਰਾਫੀ ਗਰਵਾ ਤੋਂ ਦਿਖਾਏ ਗਏ ਸਿਗਨਲ ਕਿ ਮੌਜੂਦਗੀ ਮੈਂ ਇਸ ਸੈਂਪਰੇ ਹਮੇਸ਼ਾ ਵੀ ਇਹ ਤਾਤ ਤੋ ਮਨਾ ਹੈ ਇਲਸ ਔਰ ਪਾਸੂ ਓਵਰਟੇਕ ਕਰਨਾ ਕਵਾਂਦੋ ਪੀਓ ਵੇ ਜਦੋਂ ਬਾਰਿਸ਼ ਹੋ ਰਹੀ ਹੈ ਅੰਦਰ ਬਾਰਿਸ਼ ਦੇ ਵਿੱਚ ਹਮੇਸ਼ਾ ਓਵਰਟੇਕ ਕਰਨਾ ਮਨਾ ਹੈ ਸੈਂਪਰੇ ਵੀ ਇਹ ਤਾਤ ਨਹੀਂ ਸੈਂਪਰੇ ਵੀ ਇਹ ਤਾਤ ਤੋ ਓਵਰਟੇਕ ਨਹੀਂ ਹੁੰਦਾ ਹਲਕਾ ਫੁਲਕਾ ਕਨਫਿਊਜ਼ਨ ਵਾਲਾ ਸਵਾਲ ਹੈ ਜ਼ੇਨ ਚੁਰਾਕ ਨੂੰ ਤੁਸੀਂ ਇਹਨੂੰ ਵੇਰੋ ਕਰ ਸਕਦੇ ਹੋ ਕਿ بارش ਦੇ ਵਿੱਚ ਸੈਂਪਰੇ ਕਹਿ ਰਿਹਾ ਹੈ ਕਿ ਸੈਂਪਰੇ ਵੀ ਤਾਤਲ ਸੁਰ ਪਾਸੋ ਫਾਲਸੋ ਨਹੀਂ ਨਹੀਂ ਸੈਂਪਰੇ ਨਹੀਂ ਆਇਆ ਕੰਡੀਸ਼ਨਾਂ ਦੇ ਵਿੱਚ ਹੁੰਦਾ ਸਵਾਲ ਨੰਬਰ 9 ਇਨ ਪ੍ਰੈਜ਼ੈਂਸ ਆਦਲਸਨੀ ਹਾਲੇ ਰਾਫੀ ਗੁਰਾਤ ਦਿਖਾਏਗੇ ਸਿਗਨਲ ਦੀ ਮੌਜੂਦਗੀ ਵਿੱਚ ਐਨ ਐਚ ਸਾਰੀ ਜ਼ਰੂਰੀ ਹੈ ਫ੍ਰੇਨਾਰੇ ਬ੍ਰੇਕ ਬਰਸ ਕੇ ਮੈਂ ਤੇ ਇਕਦਮ ਇਨਕਾਜ਼ੋ ਦੀ ਗਿਆ ਚੋ ਬਰਫ ਦੇ ਵਿੱਚ ਜਕਦਮ ਬ੍ਰੇਕ ਮਾਰੋ ਫਾਲਸ ਹੋਏ ਤਾਂ ਕਰਨੀ ਨਹੀਂ ਨੀ ਕੰਮ ਸਵਾਲ ਨੰਬਰ 10 ਇਸ ਨੇ ਆਲੇ ਰਾਫੀ ਗੁਰਾਤ ਤੋਂ ਦਿਖਾਇਆ ਗਿਆ ਸਿਗਨਲ ਵੀ ਇਹ ਤਾਂ ਮਨਾ ਕਰਤਾ ਹੈ ਇਲ ट्राੰਜ਼ੀਟ ਚਲਣਾ ਆਈ ਵਹੀਕਲੀ ਉਹਨਾਂ ਗੱਡੀਆਂ ਦਾ ਕੰਨ ਰੋਤੇ ਸਪੋਰ ਕੇ ਦੀ ਫੰਗ ਹੋ ਅੰਦਰ ਦਿਖਾਇਆ ਗਿਆ ਸਿਗਨਲ ਮਨਾ ਕਰਤਾ ਹੈ ਜਿਹੜੇ ਗੰਦੇ ਟਾਇਰ ਨੇ ਨਾ ਸਪੋਰ ਕੇ ਗੰਦੇ ਨੇ ਦੀ ਫੰਗ ਹੋ ਕੀਚਰ ਵਗੈਰੇ ਨਾਲ ਦੇ ਨਾਲ ਫੁੱਲ ਉਹਨਾਂ ਨੂੰ ਚਲਣਾ ਮਨਾ ਪਿਆ ਕਰਦਾ ਫਾਲਸ ਨਹੀਂ ਇਹ ਪਿਆ ਦੱਸਦਾ ਕਿ ਰੋਡ ਸਲਿੱਪਰੀ ਹੈ ਉਹ ਚੀਜ਼ ਤੋਂ ਮਨਾ ਨਹੀਂ ਪਕਰਦਾ ਉਹਦਾ ਅਲੱਗ ਦਾ ਸਾਈਨ ਹੈ ਇਨ ਪ੍ਰੈਜ਼ੈਂਸ ਆ ਦੇ ਸਿਨਾਲਾ ਲਾਫੀ ਗੁਰਾ ਤੋ ਇਹ ਨੇ ਚ ਸਾਰੀ ਜ਼ਰੂਰੀ ਹੈ ਮੁੰਤਾਰੇ ਚਰਾਓ ਲਾ ਕਤੇ ਨੇ ਚੈਨ ਵਗੈਰਾ ਇੱਥੇ ਸਰਦੀਆਂ ਦੇ ਵਿੱਚ ਜਦੋਂ ਬਰਫ਼ ਬਾਰੀ ਦਾ ਮੌਸਮ ਹੁੰਦਾ ਤੇ ਟਾਇਰਾਂ ਦੇ ਉੱਤੇ ਚੈਨ ਚਰਾਏ ਜਾਂਦੇ ਨੇ ਉਹ ਕਹਿ ਰਿਹਾ ਕਿ ਇਹ ਸਾਈਨ ਦਾ ਮਤਲਬ ਇਹ ਵੀ ਕਿ ਤੁਸੀਂ ਆਪਣੇ ਟਾਇਰਾਂ ਤੇ ਚੈਨ ਚਰਾਓ ਫਾਲਸ ਨਹੀਂ ਇਹ ਸਲਿੱਪਰੀ ਰੋਡ ਦਾ ਸਾਈਨ ਹੈ ਪੇਜ ਨੰਬਰ 108 ਇਹ ਪੇਜ ਤੇ ਕੀ ਗੱਲ ਕਰ ਰਿਹਾ ਸਿਨਿਆਲੇ ਸਿਗਨਲ ਦੇ ਦਾ ਮਟੀਰੀਅਲ ਇਹ ਮਟੀਰੀਅਲ ਇਨਸਟੇਬਲ 16 17 ਦਾ ਕਿ ਰੋਡ ਦੇ ਉੱਤੇ ਬਜਰੀ ਵਗੈਰਾ ਪੱਥਰ ਨੇ ਜਿਹੜੇ ਤੁਹਾਡੇ ਟਾਇਰ ਦੇ ਥੱਲੇੋਂ ਨਿਕਲ ਕੇ ਉੱਡ ਕੇ ਕਿਸੇ ਦੂਜੇ ਪਾਸੇ ਜਾ ਸਕਦੇ ਨੇ ਗੱਡੀ ਨਹੀਂ ਵਜ ਸਕਦੇ ਨੇ ਤੁਹਾਡੀ ਵੀ ਸਕਦੇ ਨੇ ਇਹ ਉਹ ਨਜ਼ਰੀ ਤਸਵੀਰ ਬਣਾਈ ਏ ਕਿ ਇਹਦੇ ਵਿੱਚ ਇਹ ਹੀ ਬੱਚੀ ਦੱਸਦਾ ਵੇਖੋ ਕਿ ਟਾਇਰ ਦੇ ਥੱਲੇ ਇੱਥੇ ਬਜਰੀ ਵਗੈਰਾ ਜਿਹੜੀ ਉੱਡ ਕੇ ਜਾ ਰਹੀ ਹੈ ਨਾ ਦੂਰ ਦੂਰ ਜਾ ਰਹੀ ਏ ਡਿੱਗ ਰਹੀ ਏ ਜੇ ਇਸ ਤਰ੍ਹਾਂ ਫਰਜ਼ ਕਰੋ ਐ ਰੋਡ ਦੇ ਉੱਤੇ ਅਗਰ ਇਸ ਤਰ੍ਹਾਂ ਪੱਥਰ ਬਜਰੀ ਪਏ ਨੇ ਤੇ ਇੱਥੇ ਤੁਹਾਨੂੰ ਉਹ ਵਾਲਾ ਸਾਈਨ ਮਿਲ ਸਕਦਾ ਇਹਦਾ ਸਵਾਲ ਨੰਬਰ 1 ਅਸੀਂ ਕਰਨੇ ਆਂ ਇਲਸਨੀ ਵਾਲੇ ਰਾਫੀ ਗੁਰਾ ਤੋਂ ਦਿਖਾਇਆ ਗਿਆ ਸਿਗਨਲ ਪ੍ਰੇਨੁੰਚਾ ਅਗਾਹ ਪੇ ਕਰਦਾ ਉਨਤਰਾਤ ਤੋਂ ਸਤਰਾਤ ਦਾ ਰੋਡ ਦੇ ਹਿੱਸੇ ਸਿਲਕਵਾਲੇ ਜਹਾਂਲਾ ਅਦਰੈਂਸਾ ਗ੍ਰਿਪ ਦੇ ਲਈ ਕੋਲ ਗੱਡੀ ਦੀ ਪੋਦੀਮੀ ਨ ਹੋਵੇਰੇ ਕੱਟ ਹੋ ਸਕਦੀ ਹੈ ਵੇਰੋ ਅਗਰ ਰੋਡ ਦੇ ਉੱਤੇ ਦਿਖਾਇਆ ਗਿਆ ਸਿਗਨਲ ਅਗਾਹ ਪੇ ਕਰਦਾ ਕਿ ਰੋਡ ਦਾ ਇੱਕ ਹਿੱਸਾ ਜਿੱਥੇ ਤੁਹਾਡੀ ਗੱਡੀ ਦੀ ਗ੍ਰਿਪ ਕੱਟ ਹੋ ਸਕਦੀ ਹੈ ਸਵਾਲ ਠੀਕ ਹੈ ਰੋਡ ਦੇ ਉੱਤੇ ਅਗਰ ਬਜਰੀ ਵਗੈਰਾ ਹੈ ਤੇ ਜ਼ਾਰ ਹੈ ਤੁਹਾਡੀ ਉਸ ਲੈਵਲ ਦੀ ਗ੍ਰਿਪ ਨਹੀਂ ਰਹਿੰਦੀ ਤੇ ਬਾਕੀ ਇਹ ਕਿ ਇਹ ਜਗ੍ਹਾ ਤੁਸਾਂ ਬਚਣਾ ਕਿਉਂਕਿ ਪੱਥਰ ਉੱਡ ਕੇ ਦੂਸਰੀਆਂ ਗੱਡੀਆਂ ਨੂੰ ਜਾ ਕੇ ਲੱਗ ਸਕਦਾ ਹੈ ਸਵਾਲ ਨੰਬਰ 2 ਇਸ ਸਿਗਨਲ ਰਾਫੀ ਗੁਰਾਤੋ ਦਿਖਾਇਆ ਗਿਆ ਸਿਗਨਲ ਰੀ ਕੀਏ ਦੇ ਕਹਤਾ ਹੈ ਰੀ ਕੀਏ ਦੇ ਵੀ ਸੈਂਪਰੇ ਵੇਰ ਹੋਵੇ ਦੀਪਰੋਚੇ ਦੇ ਚੱਲੋ ਕਨ ਕਾਉ ਤੇਲਾ ਇhtiyat ਨਾਲ ਇਨ ਪ੍ਰੈਜ਼ੈਂਸ ਸਾਦੀ ਤੇ ਦੋਨੇ ਅਗਰ ਉੱਥੇ ਪੈਦਲ ਚੱਲਣ ਵਾਲੇ ਮੌਜੂਦ ਨੇ ਅੰਕੇ 6 ਸੀ ਤਰੋਵਾਂ ਨੂੰ ਅਗਰ ਤੁਹਾਨੂੰ ਮਿਲਦੇ ਨੇ ਫੋਰੀ ਦੇ ਲੱਕ ਕਰੇ ਜਾਤਾ ਫੇਰ ਵੀ ਜਾਂਦੇ احتیاط ਨਾਲ ਚੱਲੋ ਅਗਰ ਉਹ ਤੁਹਾਨੂੰ ਕਰਿਆ ਜਾਂਦਾ ਤੂੰ ਬਾਹਰ ਮਿਲਦੇ ਨੇ ਪਰ ਫਰਜ਼ ਕਰੋ ਇਹ ਕਰਿਆ ਜਾਂਦਾ ਹੈ ਤੇ ਇੱਥੇ ਬਾਹਰ ਪੈਦਲ ਚੱਲਣ ਵਾਲੇ ਪੇ ਚੱਲਦੇ ਨੇ ਤੇ ਕੀ ਇਹ ਬਾਈ ਰੋਡ ਦੇ ਉੱਤੇ ਇਹ ਬਜਰੀ ਵਗੈਰਾ ਹੈ ਤੇ ਤੁਸੀਂ ਜਾਣਦੇ ਹੋ ਪਰ ਤੇ ਫੇਰ ਵੀ احتیاط ਨਾਲ ਚੱਲੋ ਤੁਹਾਡੇ ਤੋਂ ਟਾਇਰ ਥੱਲੇੋਂ ਬਜਰੀ ਉੱਡ ਕੇ ਜਾ ਕੇ ਇਹਨਾਂ ਨੂੰ ਲੱਗ ਸਕਦੀ ਹੈ ਪਜਰੀ ਪੱਥਰ ਵਗੈਰਾ ਫੇਰ ਹੋ ਗਿਆ ਸਵਾਲ ਸਵਾਲ ਨੰਬਰ 3 ਇਸ ਸਿਗਨਲੋਗ੍ਰਾਫੀ ਗ੍ਰਾਫ ਤੋਂ ਦਿਖਾਇਆ ਗਿਆ ਸਿਗਨਲ ਪ੍ਰਨੋਨਚਾ ਅਗਾਪਿਆ ਕਰਦਾ ਹੈ ਲਾਪ੍ਰੈਜ਼ੈਂਸਮ ਜੋਦਗੀ ਦੀ ਪੀ 30 ਕੋ ਇਹ ਬਜਰੀ ਵਗੈਰਾ ਕਿ ਪੋ ਐਸਿਰ ਜਰੀ ਹੋ ਸਕਦੀ ਏ ਸਕਲ ਯਾਤ ਤੋਂ ਅਦਿਸਤਾਨ ਸਾ ਸਕਲ ਯਾਤ ਤੋਂ ਜਾ ਸਕਦੀ ਏ ਜਾਂ ਉੱਡ ਕੇ ਜਾ ਸਕਦੀ ਏ ਅਦਿਸਤਾਨ ਸਾ ਫਾਸਲੇ ਤੇ ਅਲਪਸਾਜ ਦਲ ਵਹੀਕਲੋ ਗੱਡੀ ਦੇ ਗੁਜ਼ਰਨ ਨਾਲ ਜਿਹੜੀ ਗੱਡੀ ਕੋ ਗੁਜ਼ਰਦੀ ਏ ਪੀ ਵੇਰ ਹੋ ਗਿਆ ਯਾਨੀ ਕਿ ਸਕਲ ਯਾਤ ਤੋਂ ਅਦਿਸਤਾਨ ਸਾ ਕੇ ਬਜਰੀ ਪੱਥਰ ਉੱਡ ਕੇ ਫਾਸਲੇ ਤੇ ਜਾ ਸਕਦਾ ਦੂਰ ਜਾ ਸਕਦਾ ਗੱਡੀ ਦਾ ਗੁਜ਼ਰਨ ਨਾਲ ਵੇਰ ਹੋ ਗਿਆ ਸਵਾਲ ਸਵਾਲ ਨੰਬਰ 4 ਇਲਸਨੀਆਲੇ ਦਾ ਫਿਗਰਾ ਤੋਂ ਦਿਖਾਇਆ ਗਿਆ ਸਿਗਨਲ ਰੀ ਕੀ ਇਹ ਦੇ ਕਹਤਾ ਹੈ ਸੈਂਪਰੇ ਵੇਰ ਇਹਦੇ ਚ ਵੀ ਆ ਗਿਆ ਦੀ ਮੋਦਰ ਆ ਰਹੇ ਇਹਦਾ ਵੀ ਪਤਾ ਮੋਦਰ ਆ ਰਹੇ ਵੀ ਆ ਜੇ ਤੇ ਸਵਾਲ ਵੇਰ ਹੋਵੇ ਲਾ ਵੇਲੋ ਚਿਤ ਆਪਣੀ ਸਪੀਡ ਘਟ ਕਰ ਲਓ ਇਨ ਕਰੋ ਚੰਦ ਤੁਹਾਨੂੰ ਮਿਲ ਮਿਲਦੀ 49 ਤਰੋ ਵਹੀਕਲ ਦੂਜੀ ਗੱਡੀ ਯਾਨੀ ਕਿ ਇਹ ਗੱਡੀ ਆ ਰਹੀ ਏ ਇਹ ਤੁਸੀਂ ਜਾ ਰਹੇ ਹੋ ਇੱਥੇ ਅਗਰ ਪੱਥਰ ਵਗੈਰਾ ਨੇ ਇਹ ਸਾਰੇ ਤੇ ਇਨਕਰੋ ਚਾਹੰਦ ਤੁਹਾਨੂੰ ਮੁਖਾਲਫ ਸਾਈਡ ਤੋਂ ਗੱਡੀ ਵੀ ਮਿਲਦੀ ਏ ਜਾਂ ਸਾਹਮਣੇ ਤੋਂ ਤੁਸੀਂ ਆਪਣੀ ਸਪੀਡ ਕੱਟ ਕੜ ਲਵੋ ਸਵਾਲ ਨੰਬਰ 5 ਇਨ ਪ੍ਰੈਜ਼ੈਂਸ ਆਦਲ ਸਿਨਿਆਲ ਲਾਫੀ ਕਰਾ ਤੋ ਇਹ ਪਰਤੂਨ ਜ਼ਰੂਰੀ ਏ ਮੰਤ ਤੇ ਨੇਰੇ ਮੇਨਟੇਨ ਰੱਖੋ ਉਹਨਾਂ ਦੀ ਸਥਾਨ ਸਭ ਫਾਸਲਾ ਮਜੂਰੇ ਜ਼ਿਆਦਾ ਦਲ ਵਹੀ ਕਲ ਉਸ ਗੱਡੀ ਤੋਂ ਕਿ ਪਰੇ ਚੇ ਦੇ ਜਿਹੜੀ ਤੁਹਾਡੇ ਤੋਂ ਅੱਗੇ ਵੇ ਐ ਸਿਗਨਲ ਦੀ ਮੌਜੂਦਗੀ ਵਿੱਚ ਵੀ ਜਦੋਂ ਪੱਥਰ ਵਗੈਰਾ ਨੇ ਤੇ ਕਹਿ ਰਿਹਾ ਜੇੜੀ ਤੁਹਾਡੇ ਤੋਂ ਅੱਗੇ ਗੱਡੀ ਉਹਦੇ ਤੋਂ ਆਪਣਾ فاਸਲਾ ਮੇਨਟੇਨ ਰੱਖੋ ਯਾਨੀ ਜ਼ਿਆਦਾ ਕਰੋ ਮਜੂਰ ਹੈ ਜ਼ਿਆਦਾ ਕਰੋ ਫਿਰ ਹੋ ਗਿਆ ਸਵਾਲ ਨੰਬਰ 6 ਇਸ ਸਿਨੈਲ ਰਾਫੀ ਗੁਰਾ ਤੋਂ ਦਿਖਾਇਆ ਗਿਆ ਸਿਗਨਲ ਪ੍ਰਨਨਚਾਗਾ ਪੇ ਕਰਦਾ ਇਲ ਪੈਰੀ ਕੋਲੋ ਖਤਰਾ ਦੀ ਤਰਵਾਰ ਹੈ ਤੁਹਾਨੂੰ ਮਿਲ ਸਕਦੇ ਨੇ ਪੀਐ 3 ਇਸ ਕੋ ਬਜਰੀ ਪੱਥਰ ਵਗੈਰਾ 16 22 ਮਿੰਟਾ ਸੀ ਉਹਨੇ ਜ਼ਮੀਨ ਤੇ ਇਸ ਤਰ੍ਹਾਂ ਢਾਲੇ ਰੋਡ ਤੇ ਯਾਨੀ ਕਿ ਦਿਖਾਇਆ ਗਿਆ ਸਿਗਨਲ ਅਗਾਹ ਪੇ ਕਰਦਰ ਰੋਡ ਦੇ ਉੱਤੇ ਖਤਰਾ ਹੈ ਤੁਹਾਨੂੰ ਬਜਰੀ ਪੱਥਰ ਵਗੈਰਾ ਮਿਲ ਸਕਦੇ ਨੇ ਵੇਰ ਹੋ ਗਿਆ ਸਵਾਲ ਨੰਬਰ 7 ਇਨ ਪ੍ਰੈਜ਼ੈਂਸਾ ਦੇ ਸਿਨਿਆਲੇ ਰਾਫੀ ਗਰਾ ਤੋਂ ਦਿਖਾਇਆ ਗਿਆ ਸਿਗਨਲ ਕੀ ਮੌਜੂਦਗੀ ਮੇਂ ਉਕੋਰੇ ਜ਼ਰੂਰੀ ਹੈ ਕੌਨਸੀ ਦਰਾਰੇ ਜ਼ੇਨ ਚ ਰੱਖੋ ਇਲ ਪੈਰੀਕੋਲੋ ਖਤਰਾ ਦੀ ਜ਼ਬਾਨ ਦਾ ਮੈਨ ਤੋਂ ਯਾਨੀ ਕਿ ਹਿਚ ਕੋ ਲੇਖਾਂ ਦਾ ਗੱਡੀ ਦੇ ਉਹਦੀ ਸਲੀਤਾ ਮੈਂ ਤੌਰ ਸਲਿੱਪ ਹੋਣ ਦਾ ਦਿਖਾਇਆ ਗਿਆ ਸਿਗਨਲ ਦੀ ਮੌਜੂਦਗੀ ਵਿੱਚ ਤੁਹਾਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਹੈ ਕਿ ਗੱਡੀ ਹਿੱਚ ਕੋਲੇ ਵੀ ਖਾ ਸਕਦੀ ਔਰ ਸਲਿੱਪ ਵੀ ਹੋ ਸਕਦੀ ਹੈ ਫੇਰ ਉਹ ਹੋ ਗਿਆ ਸਵਾਲ ਨੰਬਰ 8 ਇਸ ਸਿਨਿਆਲੇ ਦਾ ਫਿਗਰ ਆ ਤੁਹ ਦਿਖਾਇਆ ਗਿਆ ਸਿਗਨਲ ਸੇਫ ਹੁੰਦੋ ਜਾਲੋ ਅਗਰ ਉਹਦੀ ਬੈਕਗ੍ਰਾਉਂਡ ਪੀਲੀ ਹੈ ਇਹ ਪੋਸਟ ਨੂੰ ਪ੍ਰੈਜ਼ੈਂਸਾ ਔਰ ਮੌਜੂਦਗੀ ਹੈ ਦੀ ਕੰਤੀ ਹੈ ਇਸ ਤਰ੍ਹਾਂ ਦਾ ਲੀ ਰੋਡ ਵਾਲੀ ਜਗ੍ਹਾ ਤੇ ਯਾਨੀ ਕਿ ਅਗਰ ਇਹਦੀ ਬੈਕਗ੍ਰਾਉਂਡ ਪੀਲੀ ਹੈ ਤਾਂ ਦਾ ਮਤਲਬ ਹੈ ਕਿ ਅੱਗੇ ਕੰਮ ਹੋ ਰਿਹਾ ਹੈ ਕੰਤੀ ਇਹ ਇਸ ਤਰ੍ਹਾਂ ਦਾ ਲਈ ਹੋ ਰਿਹਾ ਰੋਡ ਤੇ ਕੰਮ ਸਵਾਲ ਨੰਬਰ 9 ਇਲ ਸਿਨੀਅਲ ਦਾ ਫਿਗਰ ਆ ਤਾਂ ਦਿਖਾਇਆ ਗਿਆ ਸਿਗਨਲ ਕੌਂਸੀਲ ਜਾਂ ਨਸੀਹਤ ਪਿਆ ਕਰਦਾ ਦੀ ਅਚ ਲਾਰੇ ਰੇਸ ਦਾ ਵੋ ਫਿਰ ਉਹ ਮੈਂ ਤਾਰੇ ਵਿਧਾਨ ਆਸਲਾ ਦਰਨ ਸਾ ਗ੍ਰਿਪ ਦੇ ਲੋ ਵਹੀਕਲ ਗੱਡੀ ਦੀ ਸੁਲ ਅਸਫਾਲ ਤੋਂ ਜ਼ਮੀਨ ਨਾਲ ਰੋਡ ਨਾਲ ਦਿਖਾਇਆ ਗਿਆ ਸਿਗਨਲ ਤੁਹਾਨੂੰ مشورہ ਦੇ ਰਿਹਾ ਕਿ ਆਪਣੇ ਗੱਡੀ ਦੀ ਰੇਸ ਦਵੋ ਤਾਂ ਕਿ ਜ਼ਮੀਨ ਨਾਲ ਉਹਦੀ ਗ੍ਰਿਪ ਬਣ ਜੇ ਫਾਲਸੋ ਸਵਾਲ ਨੰਬਰ 10 ਇਲ ਸਿਨਿਆਲੇ ਰਾਫੀ ਗਰਾਹ ਤੋਂ ਦਿਖਾਇਆ ਗਿਆ ਸਿਗਨਲ ਏ ਹੈ ਉਹਨਾਂ ਸਿਨਿਆਲੇ ਦੀ ਪ੍ਰੈਸਕ੍ਰਿਪਸ਼ਨ ਉਹਨੇ ਇੱਕ ਪਾਬੰਦੀ ਵਾਲਾ ਸਿਗਨਲ ਹੈ ਫਾਲਸ ਸਵਾਲ ਨੰਬਰ 11 ਇਲ ਸਿਨਿਆਲੇ ਰਾਫੀ ਗਰਾਹ ਤੋਂ ਦਿਖਾਇਆ ਗਿਆ ਸਿਗਨਲ ਪ੍ਰੇਨੋਨਚਾ ਅਗਾਹ ਪਾ ਕਰਦਾ ਉਹਨਾਂ ਤਰਾਤੋ ਦੀ ਸਤਰਾਤ ਦਾ 1 ਕਰੋੜ ਦਾ ਹਿੱਸਾ ਹੈ ਸੁਜੇਤ ਅਫਰਾਨਾ ਉੱਥੇ ਲੈਂਡਸਲਾਈਡਿੰਗ ਦਾ ਖਤਰਾ ਵਗੈਰਾ ਸੁਜੇਤ ਅਫਰਾਨਾ ਯਾਨੀ ਕਿ ਮਕਸਦ ਇਹ ਵੀ ਕੁੱਤੋਂ ਕਿ ਭਾਰਤ ਕੋਈ ਤੋਦਾ ਗਿਰ ਸਕਦਾ ਹੈ ਤੇ ਕੋਈ لینڈ ਸਲਾਈਡਿੰਗ ਹੋ ਸਕਦੀ ਹੈ ਫਾਲਸ ਨਹੀਂ ਇਹ ਪਿਆ ਦੱਸਦਾ ਹੈ ਕਿ ਰੋਡ ਉੱਤੇ ਪੱਥਰ ਵਗੈਰਾ ਨੇ ਸਜੇ ਤੋ ਫਰਾਣਾ ਨਹੀਂ ਹੈ ਸਵਾਲ ਨੰਬਰ 12 ਇਸ ਨੇ ਵਾਲੇ ਰਾਫੀ ਘਰਾ ਤੋਂ ਦਿਖਾਇਆ ਗਿਆ ਸਿਗਨਲ ਸੇਫ ਹੁੰਦੋ ਜਾਲੋ ਅਗਰੇ ਦੀ ਬੈਕਗ੍ਰਾਉਂਡ ਪੀਲੇ ਰੰਗ ਦੀ ਹੈ ਫਿਰ ਨਨਚਾ گاਪ ਕਰਦਾ ਹੁਣ ਤਰਤੂ ਦੇ 17.5 ਕਰੋੜ ਦਾ ਹਿੱਸਾ ਨਨ ਪੈਰੀਕੋਰੀ ਵੀਲੇ ਚੱਲਣ ਵਾਲਾ ਨਹੀਂ ਪਿਰ ਲਾ ਪ੍ਰੈਜ਼ੈਂਸ ਆ ਦਿਖੰਦੀ ਹੈ ਇਸ ਤਰ੍ਹਾਂ ਦਾ ਹਲੇ ਜਿੱਥੇ ਰੋਡ ਤੇ ਕੰਮ ਹੋ ਰਿਹਾ ਹੈ ਫਾਲਸ ਨਹੀਂ ਇਹ ਰੋਡ ਅਗਾਹ ਪੇ ਕਰਦਾ ਕਿ ਪੀ 30 ਕੋ ਪੱਥਰ ਵਗੈਰਾ ਨੇ ਜਾਂ ਅਗਰ ਪੀਲੀ ਬੈਕਗਰਾਉਂਡ ਹੈ ਤੇ ਕੰਤੀਏ ਰੇ ਸਤਰਾ ਦਾ ਲੇ ਵੇ ਇਹਦੇ ਚੋ ਇਹ ਪਿਆੰਦਾ ਕਿ ਰੋਡ ਦੇ ਉੱਤੇ ਕੰਮ ਹੋ ਰਿਹਾ ਜਿੱਥੇ ਤੁਸੀਂ ਨਨ ਪੈਰੀ ਕੋ ਰੀਬਿਲ ਤੁਸੀਂ ਚੱਲ ਨਹੀਂ ਸਕਦੇ ਫਾਲਸ ਸਿਰਫ ਅਗਾਹ ਪੇ ਕਰਦਾ ਉਹਦੇ ਚ ਫੋਨ ਤੋਂ ਜਾਲੋ ਦੇ ਵਿੱਚ ਤੁਹਾਨੂੰ ਇਹ ਦੱਸ ਰਿਹਾ ਹੁੰਦਾ ਕਿ ਰੋਡ ਤੇ ਕੰਮ ਹੋ ਰਿਹਾ ਹੈ ਲੇਕਿਨ ਤੁਸੀਂ ਚੱਲ ਚੱਲ ਸਕਦੇ ਹੋ ਸਵਾਲ ਨੰਬਰ 13 ਇਲਸਨੇ ਵਾਲੇ ਰਫਿਗਰਾ ਤੋਂ ਫਿਰ ਨਨਸ਼ਾਹਲਾ ਪ੍ਰੇਜ਼ੈਂਸ ਮੌਜੂਦਗੀ ਦੀ ਬੰਕੀ ਨੇ ਚ ਦੇ ਵੋਲ ਅੱਛਾ ਜੀ ਦਿਖਾਇਆ ਗਿਆ ਸਿਗਨਲ ਤੁਹਾਨੂੰ ਅਗਾਹ ਪੇ ਕਰਦਾ ਹੈਲਾ ਪ੍ਰੇਜ਼ੈਂਸ ਮੌਜੂਦਗੀ ਦੀ ਬੰਕੀ ਨੇ ਜਿਹੜੇ ਸਾਈਡ ਤੋਂ ਪੱਟੀ ਚੇਦੇ ਵਾਲੀ ਟੁੱਟੀ ਹੈ ਫਾਲਸ ਹੋਏ ਚੀਜ਼ ਨਹੀਂ ਹੈ ਸਵਾਲ ਨੰਬਰ 14 ਇਲਤਨੇ ਵਾਲੇ ਰਫਿਗਰਾ ਤੋਂ ਦਿਖਾਇਆ ਗਿਆ ਸਿਗਨਲ ਪ੍ਰੇ ਨਨਚਾ ਅਗਾਹ ਪੇ ਕਰਦਾ ਹੁਣ ਤਰਾ ਤੋਂ 17 ਦਾ ਰੋਲ ਦੇਖ ਹਿੱਸਾ ਹੋਵੇ ਅਜ਼ੀਜ਼ ਤੇ ਜਹਾਂ ਮੌਜੂਦ ਦੇ ਜਹਾਂ ਪਰ ਇਲ ਪੈਰੀਕੋਲ ਖਤਰਾ ਆਦਿਕਾ ਦੋਤਾ ਡਿੱਗਨ ਦਾ ਦੀ ਮਾਸੀ ਵਜ਼ਨ ਵਗੈਰਾ ਫਾਲਸ ਨਹੀਂ ਅੰਦਰ ਦਿਖਾਇਆ ਗਿਆ ਸਿਗਨਲ ਤੁਹਾਨੂੰ ਅਗਾਹ ਪੇ ਕਰਦਾ ਕਿ ਰੋਡ ਦੇ ਖਿਸ ਹੈ ਜਿੱਥੇ ਕੋਈ ਵਜ਼ਨ ਵਗੈਰਾ ਡਿੱਗਨ ਦਾ ਹੀ ਉਤੋਂ ਕੁਛ ਚੀਜ਼ ਡਿੱਗਨ ਦਾ ਖਤਰਾ ਫਾਲਸ ਨਹੀਂ ਇਹ ਸਿਰਫ ਪੀਏ ਤ੍ਰੀਸ ਕੋ ਪੱਥਰ ਵਗੈਰਾ ਬਜਰੀ ਵਗੈਰਾ ਤੁਹਾਨੂੰ ਅਗਾਹ ਪੇ ਕਰਦਾ ਹੈ ਸਵਾਲ ਨੰਬਰ 15 ਇਲ ਸਿਨਿਆਲੇ ਰਾਫੀ ਗੁਰਾਤੋ ਦਿਖਾਇਆ ਗਿਆ ਸਿਗਨਲ ਪ੍ਰੇਨੁੰਚਾ ਅਗਾਹ ਪੇ ਕਰਦਾ ਲਾ ਓਬਲੀਗੋ ਲਾਜ਼ਮੀ ਦੀ ਮੰਤਾਰੇ ਚਰਾਓ ਲਾ ਕਤੇ ਨੇ जान वगैरह ਦਾ ਨੇਵੇ برف اچ ਫਾਲ ਸੋ ਨਹੀਂ ਜੀ ਇਹ ਇਹ ਨਹੀਂ ਕਹਿ ਰਿਹਾ ਕਿ ਤੇਨੇ ਵਗੈਰਾ ਚੜਹਾਓ ਰੋਡ ਦੇ ਉੱਤੇ ਬਜਰੀ ਪੱਥਰ ਦਾ ਦੱਸ ਰਿਹਾ ਪੇਜ ਨੰਬਰ 109 ਐ ਸਾਈਨ ਹੈ ਇਹ ਇਹਦੇ ਵਿੱਚ ਵਿਨੇ ਪੇ ਕਿ ਬੱਚੇ ਸਕੂਲ ਵਗੈਰਾ ਜਾ ਰਹੇ ਨੇ ਜਾਂ ਬੱਚਿਆਂ ਦਾ ਸਾਈਨ ਹੈ ਅੱਜ ਸਿਨਿਆਲੇ ਦੀ ਅੱਤਿੰਸੀਓ ਨੇ ਬੰਬੀਨੀ ਅਟੈਂਸ਼ਨ ਯੋ ਨੇ ਤਵੱਜਾ ਕਰੋ ਇhtiyat ਕਰੋ ਬੰਬੀਨੀ ਬੱਚਿਆਂ ਤੋਂ ਇਹ ਕੋਈ ਸਕੂਲ ਦਾ ਸਾਈਨ ਨਹੀਂ ਹੈ ਇਹ ਸਿਰਫ ਕਹਿ ਰਿਹਾ ਹੈ ਕਿ ਤੁਹਾਨੂੰ ਅਲਰਟ ਪਿਆ ਕਰਦਾ ਹੈ ਕਿ ਅਟੈਂਸ਼ਨ ਯੋ ਨੇ ਇhtiyat ਕਰੋ ਬੱਚਿਆਂ ਤੋਂ ਯਾਨੀ ਕਿ ਇੱਥੇ ਬੱਚੇ ਵਗੈਰਾ ਹੋ ਸਕਦੇ ਨੇ ਸਵਾਲ ਨੰਬਰ 1 ਇਸ ਸਿਨੈਲ ਰਾਫੀ ਗੁਰਾਤ ਤੋਂ ਦਿਖਾਇਆ ਗਿਆ ਸਿਗਨਲ ਪ੍ਰੇ ਨਨ ਚਾਰ ਹੈ ਲਾ ਪ੍ਰੈਜ਼ੈਂਟ ਸਮਝੋ ਜੀ ਦੀ ਉਹਨਾਂ ਸਕੂਲ ਆ ਦਿਖਾਇਆ ਗਿਆ ਸਿਗਨਲ A ਇਹ ਕਿ ਤੁਹਾਨੂੰ ਅਗਾਹ ਪੇ ਕਰਦਾ ਕਿ ਮੌਜੂਦ ਹੋ ਸਕਦਾ ਇੱਕ ਸਕੂਲ ਫ੍ਰੀਕੁਐਂਟ ਤਾਤਾ ਦਾ ਬੰਬੀਨੀ ਨੀਲੇ ਵਿੱਚ ਨਾਨਸਾ ਜਿੱਥੇ ਬੱਚੇ ਹੋ ਸਕਦੇ ਨੇ ਫ੍ਰੀਕੁਐਂਟਲੀ ਬੱਚੇ ਹੋ ਸਕਦੇ ਨੇ ਤੁਹਾਡੇ ਨਜ਼ਦੀਕ ਵੇਰ ਹੋ ਗਿਆ ਸਵਾਲ ਨੰਬਰ 2 ਇਸ ਸਿਗਨਲ ਰਾਫੀ ਗਰਾ ਤੋਂ ਦਿਖਾਇਆ ਗਿਆ ਸਿਗਨਲ ਪੋ ਐਸੇਰੇ ਹੋ ਸਕਦਾ ਪੋਸ ਤੋਂ ਉਸ ਜਗ੍ਹਾ ਤੇ ਨੀਲੇ ਵਿੱਚ ਨਾਨਸਾ ਜਿੱਥੇ ਨਜ਼ਦੀਕ ਹੋ ਸਕਦਾ ਦੀ ਉਨ ਕੰਪੋ ਡਾਰਕ ਜੋਕ ਕੋ ਇੱਕ فرض ਕਰੋ پارک ਹੋ ਸਕਦਾ ਫ੍ਰੀਕੁਐਂਟ ਤੱਤੇ ਦਾ ਬੰਬੀਨੀ ਜਿੱਥੇ ਬੱਚੇ ਲਗਾਤਾਰ ਆ ਜਾ ਸਕਦੇ ਨੇ ਜਾਂ ਤੁਹਾਨੂੰ ਮਿਲ ਸਕਦੇ ਨੇ ਫ੍ਰੀ ਵੇਰੋ ਹੋ ਗਿਆ ਸਵਾਲ ਯਾਨੀ ਕਿ ਇਹ ਸਕੂਲ ਦੇ ਨਜ਼ਦੀਕ ਵੀ ਹੋ ਸਕਦਾ ਕਿਸੇ پارک ਦੇ ਨਜ਼ਦੀਕ ਵੀ ਹੋ ਸਕਦਾ ਜਿੱਥੇ ਵੀ ਬੱਚੇ ਖੇਡ ਰਹੇ ਨੇ ਜਾਂ ਬੱਚਿਆਂ ਦਾ ਫ੍ਰੀਕੁਐਂਟਲੀ ਇੱਕ ਆਉਣ ਜਾਣ ਵਾਲਾ ਸਿਸਟਮ ਹੈ ਤੁਹਾਨੂੰ ਬੱਚੇ ਮਿਲ ਸਕਦੇ ਨੇ ਉੱਥੋਂ ਗੁਜ਼ਰ ਸਕਦੇ ਨੇ ਉੱਥੇ ਉਹਨਾਂ ਨੇ ਇਹ ਵਾਲਾ ਬੋਰਡ ਲਾਇਆ ਕਿ احتیاط ਕਰੋ ਇਹ ਤੇ ਤੁਹਾਨੂੰ ਬੱਚੇ ਮਿਲ ਸਕਦੇ ਨੇ। ਸਵਾਲ ਨੰਬਰ 3। ਅੱਛਾ ਇੱਕ ਹੋਰ ਚੀਜ਼ ਇਹ ਵਾਲਾ ਇਹ ਨਹੀਂ ਹੈ 18 ਵਰਸਾ ਮੈਨ ਤੋਂ ਪੈਦੋਂ ਨਾਲਿਆ ਵਾਲਾ ਸੀ ਨਹੀਂ ਹੈ ਕਿ ਬੱਚਿਆਂ ਦੀ ਕ੍ਰਾਸ ਕਰਨ ਦੀ ਨਹੀਂ। ਇਹ ਇhtiyat ਤੁਹਾਨੂੰ ਕਹਿ ਰਿਹਾ ਖਤਰੇ ਤੋਂ ਅਗਾਹ ਪੇ ਕਰਦਾ ਕਿ ਅੱਗੇ ਬੱਚੇ ਮਿਲ ਸਕਦੇ ਨੇ ਇhtiyat ਕਰੋ। ਸਵਾਲ ਨੰਬਰ 3 ਇਲ ਸਨਿਆਲੇ ਰਾਫੀ ਗੁਰਾ ਤੋਂ ਦਿਖਾਇਆ ਗਿਆ ਸਿਗਨਲ ਪ੍ਰਨੁਨਚਾ ਗਾਹ ਪੇ ਕਰਦਾ ਲੋਗੀ ਜਗ੍ਹਾ ਫ੍ਰੀਕਵੈਂਸੀ ਆਤੀ ਦਾ ਫਨ ਚੋਲੀ ਜਿੱਥੇ ਆਮ ਦੌਰਫਤੇ ਬੱਚਿਆਂ ਦੀ ਫੰਚੁਇਲੀ ਇਹਦਾ ਮਤਲਬ ਵੀ ਬੱਚੇ ਹੀ ਨੇ ਫ੍ਰੀਕੁਐਂਟਲੀ ਆਮ ਦੌਰਫਤੇ ਫ੍ਰੀਕੁਐਂਟਲੀ ਦੇ ਇਲ ਸੁਨਿਆਲੇ ਰਾਫੀ ਗਰਾ ਤੋਂ ਦਿਖਾਇਆ ਗਿਆ ਸਿਗਨਲ ਪ੍ਰਨਨਚਾਗਾ ਪੇ ਕਰਦੇ ਲੋਕੀ ਜਗ੍ਹਾ ਜਿੱਥੇ ਬੱਚਿਆਂ ਦੀ ਆਮ ਦੌਰਫਤ ਹੋ ਸਕਦੀ ਹੈ ਵੇਰੋ ਇਸ ਤੋਂ ਇਲਾਵਾ ਐਲੂ ਹੋਗੀ ਇਹ ਵੀ ਜਿੱਥੇ ਆ ਗਿਆ ਸਵਾਲ ਫੇਰ ਹੋਵੇ ਬਹੁਤ ਜ਼ਿਆਦਾ ਗੈਸਪ ਬੰਦੇ ਨੇ ਇਨਾ ਪੇਜ ਇਨਾ ਪੇਜਾਂ ਦੇ ਉੱਤੇ ਲੋਗੀ ਨੂੰ ਵੀ ਅਗਰ ਤੁਸੀਂ ਕਿਦਾਂ ਨੋਟ ਕਰਨਾ ਹੈ ਜਿੱਥੇ ਵੀ ਆ ਗਿਆ ਤੁਸੀਂ ਇਹਨੂੰ ਬਿਊਰੋ ਕਰ ਸਕਦੇ ਹੋ ਸਵਾਲ ਨੂੰ ਨੋਟ ਕਰ ਲਵੋ ਇਹ ਵੀ ਲੋਗੀ ਜਿੱਥੇ ਆ ਜੀਏ ਸਵਾਲ ਬਿਊਰੋ ਕਰ ਦੇਣਾ ਲੇਕਿਨ ਇਹਦੇ ਸਪੈਲਿੰਗ ਨੇ ਐਲ ਯੂ ਓ ਜੀ ਐਚ ਆਈ ਇਹ ਚੀਜ਼ਾਂ ਦਾ ਵੀ ਧਿਆਨ ਰੱਖਣਾ ਜਦੋਂ ਤੁਸੀਂ ਗੈਸਿਕ ਨੋਟ ਕਰਦੇ ਹੋ ਨਾ ਇਹ ਲੋਗੀ ਏ ਅਗਰ ਲੋ ਮਿਸਾਲ ਦੇ ਤੌਰ ਤੇ ਲੋਗ ਇਹ ਆ ਜਾਂਦਾ ਇੱਥੇ ਐਂਡ ਤੇ ਆਈ ਏ ਇੱਥੇ A ਆ ਗਿਆ ਤੇ ਇਹ ਚੀਜ਼ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਫੇਰ ਫੇਰ ਗੈਸ ਨਹੀਂ ਕਾਮਯਾਬ ਜਿਹੜਾ ਤੁਸੀਂ ਗੈਸ ਕਰਨਾ ਹੈ ਉਹ ਐਜ਼ ਇਟ ਇਜ਼ ਹੋਣਾ ਚਾਹੀਦਾ ਹੈ فرض ਕਰੋ ਇੱਥੇ O ਵੇ ਇੱਥੇ A ਵੇ E ਆਈਏ ਤੇ ਫੇਰ ਵੀ ਨਹੀਂ ਤੇ ਇਹ ਗੈਸ ਇhtiyat ਦੇ ਨਾਲ ਜ਼ੇਨ ਚ ਰੱਖੋ ਅੱਛੇ ਵੀ ਨੇ ਤੇ ਕਨਫਿਊਜ਼ਨ ਵੀ ਬਣ ਜਾਂਦੀ ਹੈ ਲੋਕ ਹੀ ਸੰਪਰੇ ਵੇਰੋ ਸਵਾਲ ਨੰਬਰ 4 ਇਲਸਨੀਆਲੇ ਰਾਫੀ ਗੁਰਾ ਤੋਂ ਦਿਖਾਇਆ ਗਿਆ ਕਿ ਸਿਗਨਲ A ਉਸਨੀਆਲੇ ਦੀ ਪੈਰੀ ਕੋ ਖਤਰੇ ਦਾ ਵੇਰਵਾ ਸਵਾਲ ਨੰਬਰ 5 ਇਲਸਨੀਆਲੇ ਰਾਫੀ ਗੁਰਾ ਤੋਂ ਦਿਖਾਇਆ ਗਿਆ ਸਿਗਨਲ ਪੋ ਐਸਰ ਹੋ ਸਕਦਾ ਪੋਸਟ ਜਗਾ ਜਾਂ ਲੱਗਿਆ ਹੋਇਆ ਨੀਲੇ ਵਿੱਚ ਨੰਨ ਦੇ ਨਜ਼ਦੀਕ ਦੀ ਜਰਦੀ ਨਹੀਂ ਪਬਲਿਕ ਜਿਹੜਾ ਪਬਲਿਕ ਪਾਰਕ ਨੇ ਫ੍ਰੀਕਵੈਂਟਤਾ ਤੇ ਦਾ ਬੰਬੀਨੀ ਜਿੱਥੇ ਬੱਚਿਆਂ ਦੀ ਆਮ ਦਰਫਤ ਵੇਰਵਾ ਸਵਾਲ ਨੰਬਰ 6 ਇਸ ਨਿਆਲੇ ਰਾਫੀ ਗਰਾ ਤੋਂ ਦਿਖਾਇਆ ਗਿਆ ਸਿਗਨਲ ਇਨਵੀ ਤਾ ਕਹਤਾ ਹੈ ਸਰਕੂਲਰ ਅਵੇਲੋਚੀ ਦਾ ਮੋਦੇ ਰਾ ਤਾ ਚਲੋ ਆਪਣੀ ਸਪੀਡ ਕੱਟ ਕਰਕੇ ਫੇਰੋ ਸਵਾਲ ਨੰਬਰ 7 ਇਸ ਨਿਆਲੇ ਰਾਫੀ ਗਰਾ ਤੋਂ ਦਿਖਾਇਆ ਗਿਆ ਸਿਗਨਲ ਇਨਵੀ ਤਾ ਇਹ ਵੀ ਇਹ ਕਿ ਦਾਵਤ ਦੇ ਰਿਹਾ ਜਾਂ ਦੱਸ ਰਿਹਾ ਆ ਕਨਸੀ ਦਰਾਰ ਹੈ ਧਿਆਨ ਚ ਰੱਖੋ ਜਨ ਚ ਰੱਖੋ ਇਹਨਾਂ ਤ ਵਾਲੇ ਮਮਕਨਨ ਤੌਰ ਤੇ ਕਮਪੋਰਤਾ ਮਹਿੰਤੀ ਇਮਪਰੂਡੈਂਟੀ ਦੀ ਫੰਚੂਏਲ ਹੈ ਜਿੱਥੇ ਰਵਈਆ ਅਜੀਬੋ ਗਰੀਬ ਹੋ ਸਕਦਾ ਹੈ ਬੱਚਿਆਂ ਦਾ ਦਿਖਾਇਆ ਗਿਆ ਸਿਗਨਲ ਸਾਨੂੰ ਦੱਸ ਰਿਹਾ ਹੈ ਇਹ ਵੀ ਤਾਂ ਦੱਸ ਰਿਹਾ ਕਿ ਅਸੀਂ ਆਪਣੇ ਜ਼ਿਹਨ 'ਚ ਰੱਖੀਏ ਕਿ ਬੱਚਿਆਂ ਦਾ ਰਵਈਆ ਜੀਬੂ ਗਰੀਬ ਹੋ ਸਕਦਾ ਹੈ ਜਾਂ ਸਮਝ ਵਿੱਚ ਜਿਹੜਾ ਸਾਡੇ ਨਹੀਂ ਆ ਸਕਦਾ ਤੇ ਕੀ ਮਤਲਬ ਕਿ ਤੁਸੀਂ ਰੋਡ ਤੇ ਜਾਂਦੇ ਹੋ ਤੇ ਸਾਡੀ ਸਮਝ ਦੇ ਮੁਤਾਬਕ ਤੇ ਇਹ ਹੀ ਹੈ ਕਿ ਅਗਰ ਤੁਸੀਂ ਰੋਡ ਦੇ ਉੱਤੇ ਜਾ ਰਹੇ ਹੋ ਇੱਥੇ ਇੱਕ ਬੰਦਾ ਵਗੈਰਾ ਤੁਹਾਨੂੰ ਇੰਤਜ਼ਾਰ ਕਰਨਾ ਨਾ ਰੋਡ ਕਰਾਸ ਨਿਕਰਨਾ ਜਾਂ ਇੱਕਦਮ ਸਾਡੇ ਅੱਗੇ ਨਹੀਂ ਆਉਣਾ ਇਹ ਵੀ ਸਾਡੀ ਸਮਝ ਦੀ ਗੱਲ ਹੈ ਤੇ ਇਮਪਰੋडेंटੀਯ ਜੀਬੋ ਗਰੀਬ ਜਾਂ ਸਾਡੇ ਸਮਝ ਚ ਨਹੀਂ ਬੱਚਾ ਅਚਾਨਕ ਤੁਹਾਡੇ ਅੱਗੇ ਆ ਸਕਦਾ ਇਹੋ ਚੀਜ਼ ਕਹਿ ਰਿਹਾ ਹੈ ਇੱਕ ਗੱਲ ਜ਼ਿਹਨ ਚ ਰੱਖਣੀ ਹੈ ਸਵਾਲ ਨੰਬਰ 8 ਇਸ ਨਿਆਲੇ ਰਾ ਫਿਗਰ ਆ ਤੋਂ ਦਿਖਾਇਆ ਗਿਆ ਸਿਗਨਲ ਵੇ ਤਾਂ ਮਨਾ ਕਰਦਾ ਇਲ ਤ੍ਰਾਂਜ਼ੀ ਤੋਂ ਗੁਜ਼ਰਨਾ ਆਈ ਬੰਬੀਨੀ ਬੱਚਿਆਂ ਦਾ ਨਨ ਅਕੰਪਨੀਅਟ ਜਿਨ੍ਹਾਂ ਦੇ ਨਾਲ ਅਗਰ ਕੋਈ ਅ ਕ ਵੱਡਾ ਜਾਂ ਕੋਈ ਹੋਰ ਨਾਲ ਜੀ ਨਹੀਂ ਹੈ ਤਾਂ ਉਹਨਾਂ ਦਾ ਗੁਜ਼ਰਨਾ ਮਨਾ ਪੈ ਕਰਦਾ ਫਾਲਸੋ ਨਹੀਂ ਸਵਾਲ ਨੰਬਰ 9 ਇਲ ਸਿਨਿਆਲੇ ਰਾਫੀ ਗਰਾਹ ਤੋਂ ਦਿਖਾਇਆ ਗਿਆ ਸਿਗਨਲ ਪਰ ਨੂਨਚਾ ਅਗਾ ਪੇ ਗਰਦਾ 18 ਵਰਸਾ ਮੈਨ ਤੋਂ ਪੈਦੋਂ ਨਾਲੇ ਇੱਕ 18 ਵਰਸਾ ਮੈਨ ਤੋਂ ਪੈਦੋਂ ਨਾਲੇ ਵੇ ਰੋਡ ਕਰਾਸ ਕਰਨ ਵਾਲੀ ਜਗ੍ਹਾ ਜ਼ੈਬਰ ਕ੍ਰਾਸਾਂਗੇ ਫਾਲਸੋ ਇਹ ਸਵਾਲ ਫਾਲਸੋ ਇਹ ਕਨਫਿਊਜ਼ਨ ਵਾਲਾ ਸਵਾਲ ਹੈ 18 ਵਰਸਾ ਮੈਨ ਤੋਂ ਪੈਦੋਂ ਨਾਲੇ ਨਹੀਂ ਹੈ 18 ਵਰਸਾ ਮੈਨ ਤੋਂ ਪੈਦੋਂ ਨਾਲੇ ਇਹ ਚੀਜ਼ ਹੈ ਰੋਡ ਕਰਾਸ ਕਰਨਾ ਉਹ ਅਸੀਂ ਸਾਈਨ ਪਿੱਛੇ ਪਰ ਕੇ ਆ ਗਏ ਆਂ ਐ ਸਾਈਨ ਚ ਤੇ ਉਹ ਸਾਈਨ اچ ਫਰਕ ਰੱਖੋ ਆਤਰਾ ਵਰਸਾ ਮੈਨ ਤੋਂ ਪੈਦੋਂ ਨਾਲ ਇਹ ਚੀਜ਼ ਨਹੀਂ ਹੈ ਮੈਂ ਇੱਕ ਮਿੰਟ ਉਹ ਤਸਵੀਰ ਵੇਖਾਂ ਅੱਛਾ ਇਹ ਤਸਵੀਰ ਆਤਰਾ ਵਰਸਾ ਮੈਨ ਤੋਂ ਪੈਦੋਂ ਨਾਲ ਇਹ ਦੀ ਏ ਤੁਹਾਡੀ ਜ਼ਿਹਨ ਯਾਦ ਦਿਹਾਨੀ ਵਾਸਤੇ ਆਂਦੀ ਏ ਇਹ ਆਤਰਾ ਵਰਸਾ ਮੈਨ ਤੋਂ ਪੈਦੋਂ ਨਾਲ ਹੀ ਕਿ ਜ਼ੈਬਰਾ ਕਰਾਸਾਂਗੇ ਐ ਜ਼ੈਬਰਾ ਕਰਾਸਿੰਗ ਦੇ ਲਾਈਨ ਅਪ ਬਣੀਆ ਨੇ ਔਰ ਉਤੋਂ ਦੀ ਬੰਦਾ ਗੁਜ਼ਰਦਾ ਪਿਆ ਇਹ ਤਸਵੀਰ ਆਤਰਾ ਵਰਸਾ ਮੈਨ ਤੋਂ ਪੈਦੋਂ ਨਾਲ ਹੀ ਦੀ ਉਹ ਜਿਹੜੀ ਸਾਡੀ ਤਸਵੀਰ ਸੀ ਇਹ ਇਹ ਵਾਲੀ ਇਹ ਆਤਰਾ ਵਰਸਾ ਮੈਨੂੰ ਤੋਂ ਪੈਦੋ ਨਾਲੇ ਨਹੀਂ ਆਤਨ ਸਿਓ ਨੇ ਬੰਬੀ ਨਹੀਂ ਦੀ ਤਸਵੀਰ ਹੈ ਠੀਕ ਹੋ ਗਿਆ ਇਸ ਲਈ ਉਹ ਸਵਾਲ ਸਾਡਾ ਫਾਲਸ ਹੋਵੇ ਅੱਛਾ ਸਵਾਲ ਨੰਬਰ 10 ਇਲਸ ਨਹੀਂ ਆਲੇ ਰਾਫੀ ਗੁਰਾ ਤੋਂ ਦਿਖਾਇਆ ਗਿਆ ਸਿਗਨਲ ਇੰਦੀ ਕਾ ਇਸ਼ਾਰਾ ਪੈਦੰਦਲਾ ਫੀ ਨੇ ਖਤਮ ਹੋ ਗਈ ਹੈ ਦੀ ਉਨ ਵਿਆਲੇ ਰਿਜ਼ਰਵਾ ਤੋਂ ਆਈ ਬੰਬੀਨੀ ਇੱਕ ਏਰੀਆ ਜਗ੍ਹਾ ਬੱਚਿਆਂ ਦੀ ਜਿਹੜੀ ਸੀ ਉਹ ਖਤਮ ਹੋ ਗਈ ਹੈ ਫਾਲਸ ਹੋ ਸਵਾਲ ਨੰਬਰ 11 ਇਲ ਸਨਿਆਲੇ ਦਾ ਫਿਗਰਾ ਤੋਂ ਫਿਰ ਨੂੰਚਾ ਉਹਨ ਪੈਰ ਪੈਰ ਕੋਰਸ ਉਪੇ ਦੋ ਨਾਲੇ ਪੈਦਲ ਚੱਲਣ ਨਾਲ ਲਿਆਂਦਾ ਰਸਤਾ ਹੈ ਫਾਲਸ ਸਵਾਲ ਨੰਬਰ 12 ਇਲ ਸਨਿਆਲੇ ਦਾ ਫਿਗਰਾ ਤੋਂ ਵੀਏ ਤਾਂ ਮਨਾ ਕਰਦਾ ਇਲ ਤਰਾਂਜੀ ਤੋਂ ਗੁਜ਼ਰਨਾ ਆਈ ਵਹੀਕਲੀ ਆ ਮਤੋਰੇ ਇੰਜਨ ਵਾਲੀਆਂ ਗੱਡੀਆਂ ਦਾ ਦੌਰਾਨ ਤੇ ਲਾ ਉਰਾਰੀਓ ਦੀ ਉਸ਼ੀਤਾ ਦੀ ਬੰਬੀਨੀ ਦੇ ਲਾ ਸਕੋਲਾ ਦੌਰਾਨ ਤੇ ਦੌਰਾਨ ਲਾ ਉਰਾਰੀਓ ਜਿਹੜਾ ਟਾਈਮ ਹੈ ਦਾ ਉਸ਼ੀਤਾ ਛੁੱਟੀ ਬਾਹਰ ਨਿਕਲੰਦਾ ਦੀ ਬੰਬੀਨੀ ਬੱਚਿਆਂ ਦਾ ਦੇਲਾ ਸਕੂਲਾ ਸਕੂਲ ਤੋਂ ਯਾਨੀ ਕਿ ਛੁੱਟੀ ਦਾ ਅਗਰ ਟਾਈਮ ਹੈ ਨਾ 12 ਵਜੇ ਬੱਚਿਆਂ ਨੂੰ ਛੁੱਟੀ ਹੁੰਦੀ ਹੈ ਤੇ ਕਹਿ ਰਿਹਾ ਉਸ ਟਾਈਮ ਜਿਹੜੀਆਂ ਇੰਜਨ ਵਾਲੀਆਂ ਗੱਡੀਆਂ ਨੇ ਉਹਨਾਂ ਦਾ ਗੁਜ਼ਰਨਾ ਮਨਾ ਵੇ ਇਹ ਤਾਂ ਮਨਾ ਇਲ ट्राਨਜ਼ਿਟ ਗੁਜ਼ਰਨਾ ਆਈ ਵਹੀਕੁਲੀਆ ਮਤੋਰ ਇੰਜਨ ਵਾਲੀਆਂ ਗੱਡੀਆਂ ਦਾ ਫਾਲਸ ਨਹੀਂ ਸਵਾਲ ਨੰਬਰ 13 ਇਲ ਸਨੀਆਲੇ ਲਾ ਫਿਗਰਵਾ ਤੋਂ ਦਿਖਾਇਆ ਗਿਆ ਸਿਗਨਲ ਇੰਦੀ ਕੇ ਇਸ਼ਾਰਾ ਦੇ ਰਿਹਾ ਲਾ ਫਿਰ ਮਾਤਾ ਡਿਊਨ ਸਕੂਲ ਆਊਟ ਸਕੂਲਾ ਬਸ ਕਿ ਇੱਕ ਸਟਾਪ ਏ ਰੁਕਣ ਵਾਲੀ ਜਗ੍ਹਾ ਜਿੱਥੇ ਬੱਸ ਸਕੂਲ ਵਾਲੀ ਬੱਸ ਰੁਕਦੀ ਏ ਫਾਲਸ ਫਿਰ ਮਾਤਾ ਕਰਦੀ ਏ ਸਟਾਪ ਕਰਦੀ ਏ ਨਹੀਂ ਸਵਾਲ ਨੰਬਰ 14 ਇਲ ਸਿਨਿਆਲ ਰਾਫੀ ਗਰਾ ਤੋਂ ਦਿਖਾਇਆ ਗਿਆ ਸਿਗਨਲ ਇਹ ਪੋਸਟ ਤੋਂ ਹੁੰਦਾ ਹੈ ਸੁਲਾ ਪਾਰਤੇ ਪੋਸਤਰੀਓਰੇ ਦੇ ਲਸਕੋਲਾ ਬੱਸ ਅੱਛਾ ਜੀ ਦਿਖ ਇਹ ਜਿਹੜਾ ਸਿਗਨਲ ਏ ਬੱਸ ਦੇ ਕਹਿ ਰਿਹਾ ਪਿੱਛੇ ਦੀ ਜਗ੍ਹਾ ਹੁੰਦੀ ਲੱਗਾ ਹੁੰਦਾ ਪਾਰਤੇ ਹਿੱਸਾ ਪੋਸਤਰੀਓਰੇ ਪਿੱਛੇ ਦੇ ਲਸਕੋਲਾ ਬੱਸ ਸਕੂਲ ਬੱਸ ਦੇ ਕਹਿ ਰਿਹਾ ਕਿ ਪਿੱਛੇ ਐ ਸਾਈਨ ਲੱਗਾ ਹੁੰਦਾ ਨਹੀਂ ਰੋਡ ਦੇ ਉੱਤੇ ਲੱਗਾ ਹੁੰਦਾ ਹੈ ਉਹਰ ਸਾਨੂੰ ਅਗਾਹ ਕਰ ਰਿਹਾ ਹੁੰਦਾ ਹੈ ਅੱਛਾ ਜੀ ਯਾਰ ਇੱਥੇ ਡੀ ਵੈਂ ਤਾਰੇ ਪੇਜ ਨੰਬਰ 110 ਇਹਦੇ ਵਿੱਚ ਹੁਣ ਅਗਰ ਐਸਓ ਤੇ ਸਾਨੂੰ ਉਹਨੇ ਦੱਸਿਆ ਕਿ ਪੇਜ ਨੰਬਰ 109 'ਚ ਹੈ ਕਿ ਇਹ ਸਾਈਨ ਦਾ ਮਤਲਬ ਕੀ ਹੈ ਜਦੋਂ ਜਦੋਂ ਅਸਾਂ ਸਾਈਨ ਵੇਖ ਲੈਣਾ ਸਾਡੇ ਤੇ ਇੰਟੀਆਰਟੀ ਤੋਂ ਦਾਬੀਰ ਕੀ ਨੇ ਸਾਡਾ ਰੁਭਈਆ ਹੰਦਾ ਹੋਣਾ ਚਾਹੀਦਾ ਕੰਪੋਰਟਾ ਮੈਂਨਤੀ ਰਵਈਆ ਦਾ ਤੇ ਨੇਰੇ ਜੀ ਜਿਹੜਾ ਅਸਾਂ ਰੱਖਣਾ ਹੈ ਇਨ ਪ੍ਰੈਜ਼ੈਂਸ ਸਮਝੌਦੇ ਦੀ ਦਿਲਸਨੀ ਆ ਲਿਆ ਜਿਹੜਾ ਸਿਗਨਲ ਹੈ ਦੀ ਅਤਨਸੀਓ ਨੇ ਬੰਬੀ ਨਹੀਂ ਪੰਜਾਬਲਾ ਅਲਰਟ ਕਰਨ ਵਾਲਾ ਬੱਚਿਆਂ ਤੋਂ ਸਵਾਲ ਨੰਬਰ 1 ਇਨ ਪ੍ਰੈਜ਼ੈਂਸ ਆ ਦਿਲਸਨੀ ਆਲੇ ਲਾ ਫਿਗਰ ਆਦੋ ਦਿਖਾਏਗੇ ਸਿਗਨਲ ਦੀ ਮੌਜੂਦਗੀ ਮੇ ਉ ਕੋਰ ਜ਼ਰੂਰੀ ਹੈ ਪ੍ਰੈਸਟਾਰ ਕਰੋ ਪਾਰਟਿਕੂਲਰ ਖਾਸ ਅਤਨਸੀਓ ਨੇ ਤਵੱਜਹ ਇhtiyat ਪੇੜ ਲਾ ਪੋਸੀਬਲ ਹੈ ਮਮਕਨ ਹੈ ਪ੍ਰੈਜ਼ੈਂਸ ਸਮਝੌਦੇ ਦੀ ਬੰਬੀ ਨਹੀਂ ਬੱਚਿਆਂ ਦੀ दिखाए गए सिग्नल की मौजूदगी में जरूरी है कि तुम ख़ास एहतियात करो जिनी मुमकिन हो सकती है तवज्जा तो रखो बच्चे मौजूद ने वेरो वेला पोसिबिल मुमकिन है से प्रेजेंसा मौजूदगी बंबी नहीं बच्चे सवाल नंबर दो इन प्रेजेंसा दिल सिलेिग्रा तो दिखाए गए सिग्नल की मौजूदगी में ए नीचे सारी जरूरी है मोदे रायला व्यलोचिता अपनी स्पीड कट्ट करो ये प्रिस्तार है आत है ਔਰ ਖਾਸ ਤਵੱਜਾ ਕਰੋ ਇhtiyat ਕਰੋ ਯਾ ਅਲਰਟ ਹੋ ਜਾਈਓ ਆਈ ਬੰਬੀਨੀ ਬੱਚੇ ਨੇ ਅੰਕੇ ਸੇਸੀ ਤਰੋਵਾਂ ਨੂੰ ਸੂਈ ਮਾਰਚਾ ਪੀ ਦੀ ਬੱਚੇ ਨੇ ਫੇਰ ਵੀ ਇhtiyat ਕਰੋ ਅਗਰ ਤੁਹਾਨੂੰ ਸੇਸੀ ਤਰੋਵਾਂ ਨੂੰ ਮਿਲਦੇ ਨੇ ਸੂਈ ਮਾਰਚਾ ਪੀ ਦੀ ਮਾਰਚਾ ਪੀ ਦੀ ਦੇ ਉੱਤੇ ਯਾਨੀ ਤੁਸੀਂ ਇੱਥੇ ਪੇ ਚੱਲਦੇ ਹੋ ਇਹ ਨਾਲ ਮਾਰਚਾ ਪੀ ਦੀ ਇੱਥੇ ਅਗਰ ਤੁਹਾਨੂੰ ਬੱਚੇ ਪੇ ਮਿਲਦੇ ਨੇ ਨਾ ਤੇ ਫੇਰ ਵੀ ਤੁਸੀਂ ਇhtiyat ਕਰੋ ਫੇਰ ਹੋ ਗਿਆ ਸਵਾਲ ਸਵਾਲ ਨੰਬਰ 3 ਇਨ ਪ੍ਰੈਜ਼ੈਂਸ ਆਫ ਦਿਲ ਸਿਨੇਲ ਆਫ ਫਿਗਰਾ ਤੋਂ ਦਿਖਾਏ ਗਏ ਸਿਗਨਲ ਕੀ ਮੌਜੂਦਗੀ ਵਿੱਚ ਉਹ ਕੋਰੇ ਜ਼ਰੂਰੀ ਹੈ ਪ੍ਰਸਤਾਰ ਹੈ ਪਾਰਟਿਕੂਲਰ ਹੈ ਖਾਸ ਇhtiyat ਅਟੈਂਸ਼ਨ ਅਲਰਟ ਹੋ ਜੋ ਆਈ ਮੂਵਮੈਂਟ ਤੇ ਜਦੋਂ ਹਰਕਤ ਤੇ ਚੋਣ ਜਾਂ ਚੱਲਦੇ ਹੋਣ ਇਮ ਪ੍ਰੇਵੇਦੀ ਬਿਲੇ ਦੰਬਿੰਬੀਨੀ ਬੱਚੇ ਜਿਹੜੇ ਨੇ ਖਾਸ ਇhtiyat ਕਰੋ ਆਈ ਮੂਵਮੈਂਟ ਇੰਪ੍ਰੇਵਿਡੀਬਲ ਦੇ ਬੰਬੀਨੇ ਯਾਨੀ ਕਿ ਬੱਚਿਆਂ ਦੀ ਗੈਰ ਮਤਵਕਾਕ ਹਰਕਤ ਹੋ ਸਕਦੀ ਹੈ ਜਿਹਦੀ ਸਾਡੀ ਨੂੰ ਸਮਝ ਨਹੀਂ ਆ ਸਕਦੀ ਮਤਲਬ ਯਕਦਮ ਉੱਤੇ ਆ ਸਕਦੇ ਨੇ ਗੱਡੀ ਉੱਤੇ ਗੱਡੀ ਦੇ ਅੱਗੇ ਆ ਸਕਦੇ ਨੇ ਤੇ ਇਸ ਲਈ ਪ੍ਰੈਸਟਾਰ ਪਰਟੀਕੂਲਰ ਆ ਤਿੰਸੀ ਉਹਨੇ ਸਾਨੂੰ ਖਾਸ ਜਿਹੜੀ ਹੈ ਨਾ ਅਲਰਟ ਹੋ ਕੇ ਗੱਡੀ ਚਲਾਉਣ ਦੀ ਜ਼ਰੂਰਤ ਹੈ ਤੇ ਪੂਰੀ ਤਵੱਜਾ ਜਾਂ ਉਹਨਾਂ ਨੂੰ ਆਪਣੇ ਜ਼ਿਹਨ ਚ ਰੱਖ ਕੇ ਇਹ ਨਹੀਂ ਕਿ ਤੁਸੀਂ ਗੱਡੀ 'ਤੇ ਚਲਾਉਂਦੇ ਹੋ ਤੁਹਾਨੂੰ ਐ ਸਾਈਡ ਤੇ ਬੱਚੇ ਨਜ਼ਰ ਆ ਗਏ ਨੇ ਤੁਸੀਂ ਐਸ ਚੀਜ਼ ਨੂੰ ਨਾਰਮਲ ਸਮਝੋ ਜਿਸ ਤਰ੍ਹਾਂ ਚਲਾਉਂਦੇ ਹੋ ਵੀ ਤੁਸੀਂ ਉਹਨਾਂ ਦੀ ਗੱਡੀ 'ਤੇ ਚਲਾਓ ਨਹੀਂ ਬੱਚੇ ਆ ਗਏ ਨੇ ਤੇ ਆਤਨ ਸਿਓਨੇ ਕਰੋ ਅਲਰਟ ਹੋਈਓ ਓਏ ਸਾਈਡ ਤੇ ਬੱਚੇ ਨੇ ਤੇ ਮੈਂ ਗੱਡੀ ਜ਼ਰਾ ਸਾਬ ਨਾਲ ਤਰੀਕੇ ਨਾਲ ਚਲਾਣੀ ਹੈ ਸਵਾਲ ਨੰਬਰ 4 ਇਨ ਪ੍ਰੈਜ਼ੈਂਸ ਸਦਲ ਸੁਨਿਆਲੇ ਲਾਫੀ ਗੁਰਾਤ ਤੋਂ ਦਿਖਾਏ ਗਏ ਸਿਗਨਲ ਕੀ ਮੌਜੂਦਗੀ ਮੇ ਇਹ ਵੀ ਇਹ ਤਾਤ ਤੋਂ ਮਨਸੁਰ ਪਸਾਰੇ ਓਵਰਟੇਕ ਕਰਨਾ ਇਵੇਈ ਕੋ ਲਈ ਗੱਡੀਆਂ ਨੂੰ ਕੇ ਸੀ ਸੋਨੋ ਫਿਰ ਮਾਤੀ ਜਿਹੜੀਆਂ ਰੁਕੀਆਂ ਨੇ ਪੇੜ ਲਾਸ਼ਾਰੇ ਛੱਡਣ ਆਸਤੇ ਆਤਰਾ ਬਰਸਾਰੇ ਇਸ ਬੰਬੀਨੀ ਬੱਚਿਆਂ ਦੇ ਕ੍ਰਾਸ ਕਰਨ ਆਸਤੇ ਯਾਨੀ ਕਿ ਇਹ ਅਗਰ ਗੱਡੀ ਖਲੋਤੀ ਰੋਡ ਉੱਤੇ ਤੁਹਾਡੇ ਗੱਡੀ ਪਿੱਛੇ ਆ ਗਈ ਹੈ ਇੱਥੇ ਖਲੋਤੀ ਹੈ ਬੱਚੇ ਕ੍ਰਾਸ 'ਤੇ ਕਰਦੇ ਨੇ ਅਤਰਾ ਵਰ ਸਾਰੇ ਬੰਬੀਨੀ ਬੱਚੇ ਗੁਜ਼ਰ ਰਹੇ ਨੇ ਤੇ ਤੁਹਾਨੂੰ ওভারਟੇਕ ਕਰਨਾ ਮਨਾ ਹੈ ਵੀ ਇਹ ਤਾਂ ਤੋ ਸੁਰਪਾ ਸਾਰੇ ਐਸ ਗੱਡੀ ਨੂੰ ਕ੍ਰਾਸ ਕਰਨਾ ਤੁਹਾਨੂੰ ਮਨਾ ਹੈ ਵੇਰ ਹੋਵੇ ਸਵਾਲ ਏ ਹੈ ਵੀ ਇਹ ਤਾਂ ਤੋ ਸੁਰਪਾ ਸਾਰੇ ওভারਟੇਕ ਕਰਨਾ ਇਹ ਵਹੀ ਕੋਲੀ ਕੇਸਿਸ ਹਨ ਫਿਰ ਮੈਤੀ ਫਿਰ ਮਾਤੀ ਜਿਹੜੀਆਂ ਖਲੋਤੀਆਂ ਨੇ ਸਵਾਲ ਨੰਬਰ 5 ਇਨ ਪ੍ਰੈਜੈਂਸ ਆਦਿ ਸਨੀਆਲੋਗ੍ਰਾਫੀ ਗੁਰਾ ਤੋਂ ਇਹਨੇ ਚ ਸਾਰੀ ਜ਼ਰੂਰੀ ਹੈ ਫਾਰੇ ਅਤਨਸੀਓ ਨੇ ਇhtiyat ਕਰਨ ਦੀ ਅਲਰਟ ਹੋਣ ਦੀ ਆਈ ਬੰਬੀਨੀ ਬੱਚਿਆਂ ਤੋਂ ਸੁਲਾ ਕਰਿਆ ਜਾਂਦਾ ਜਿਹੜੇ ਕਰਿਆ ਜਾਂਦਾ ਤੇਨੇ ਇਹ ਔਰ ਨੋਨਾ ਕਵੇਲੇ ਸੁਲ ਮਾਰਚਾ ਪੀਏ ਦੀ ਲੇਕਿਨ ਜਿਹੜੇ ਮਾਰਚਾ ਪੀਏ ਦੀ ਤੇਨੇ ਉਹਨਾਂ ਤੋਂ ਇhtiyat ਦੀ ਜ਼ਰੂਰਤ ਨਹੀਂ ਫਾਲਸ ਇੱਥੋਂ ਤੱਕ ਸਵਾਲ ਠੀਕ ਹੈ ਇੱਥੇ ਤੱਕ ਹੁੰਦਾ ਨਾ ਤੇ ਫੇਰ ਸਵਾਲ ਠੀਕ ਸੀ ਇਹ ਨਾਮ ਦਾ ਤੇ ਫਾਰੇ ਆਤਨ ਸੀ ਉਹਨੇ ਬੰਬੀ ਨੇ ਸੁਲਾ ਕਰਿਆ ਜਾਂਦਾ ਜ਼ਾਰ ਹੈ ਅਗਰ ਬੱਚੇ ਕਰੇ ਜਾਂਦਾ ਤੇ ਉੱਤੇ ਨੇ ਫਿਰ ਤੇ ਬਹੁਤ ਇhtiyat ਦੀ ਜ਼ਰੂਰਤ ਹੈ ਨਾ ਕਹਿ ਰਿਹਾ ਲੇਕਿਨ ਇਹ ਨੋਨ ਅਕਵੇਲੀ ਸੁਲ ਮਾਰਚਾ ਪੀਏ ਦੀ ਲੇਕਿਨ ਉਹਨਾਂ ਤੋਂ ਨਹੀਂ ਜਿਹੜੇ ਮਾਰਚਾ ਪੀਏ ਦੀ ਤੇ ਨੇ ਨਾਲ ਪੈਦਲ ਪਚਾਲਦੇ ਨੇ ਫਾਲਸੋ ਉਹਨਾਂ ਤੋਂ ਇhtiyat ਕਰਨੀ ਹੈ ਸਵਾਲ ਨੰਬਰ 6 ਇਨ ਪ੍ਰੈਜ਼ੈਂਸ ਆ ਦਿਲ ਸਿਨੀਅਲ ਰਾ ਫਿਗਰਾ ਤੋਂ ਦਿਖਾਏ ਕਿ ਸਿਗਨਲ ਕੀ ਮੌਜੂਦਗੀ ਮੈਂ ਇਹ ਵੀ ਇਹ ਤਾਤ ਤੋਂ ਤਰਾਂਜ਼ੀ ਤਾਰੇ ਮਨਾ ਹੈ ਗੁਜ਼ਰਨਾ ਦੁਰਾਂਤਲਾ ਉਰਾਰੀ ਉਹਦੀ ਉਸ਼ੀਤਾ ਦੇ ਬੰਬੀਨੀ ਦਾ 10 ਕੋਲਾ ਦਿਖਾਏ ਗਏ ਸਿਗਨਲ ਦੀ ਮੌਜੂਦਗੀ ਵਿੱਚ ਕਹਿ ਰਿਹਾ ਕਿ ਗੁਜ਼ਰਨਾ ਮਨਾ ਹੈ ਜਦੋਂ ਬੱਚਿਆਂ ਦਾ ਸਕੂਲ ਦੇ ਟਾਈਮਿੰਗੇ ਛੁੱਟੀ ਹੁੰਦਾ ਦੌਰਾਨ ਤੇ ਦੌਰਾਨ ਲਾ ਉਰਾਰੀਓ ਟਾਈਮਿੰਗ ਦੀ ਉਸ਼ੀਤਾ ਬਾਹਰ ਨਿਕਲੰਦਾ ਦੇ ਬੰਬੀਨੀ ਬੱਚਿਆਂ ਦਾ ਦਾ ਸਕੂਲਾ ਸਕੂਲ ਚੋਂ ਫਾਲਸ ਨਹੀਂ ਗੁਜ਼ਰ ਤੋ ਹੀ ਸਕਦੇ ਹੋ ਇਹ ਸਿਰਫ ਸਾਨੂੰ ਦਾਸ ਰਿਹਾ ਕਿ ਇhtiyat ਕਰੋ ਆ ਤਿੰਸੀ ਹੋਣੀ ਬੰਬੀਨੀ ਸਵਾਲ ਨੰਬਰ 7 ਇਨ ਪ੍ਰੈਜ਼ੈਂਸ ਆ ਦੇਲ ਸਿਨਿਆਲੇ ਲਾਫੀ ਗ੍ਰੋਹਾ ਤੋਂ ਐਵੀਏ ਤਾਤ ਤੋਂ ਸੁਪਰ ਆਰੇਲਾ ਵੈਲੋਸੀਤਾ ਦੀ 30 ਦਿਖਾਏ ਗਏ ਸਿਗਨਲ ਦੀ ਮੌਜੂਦਗੀ ਵਿੱਚ ਕਹਿ ਰਿਹਾ ਕਿ ਤਰੀ ਤੂੰ ਜ਼ਿਆਦਾ ਸਪੀਡ ਤੇ ਗੱਡੀ ਚਲਾਉਣਾ ਮਨਾ ਹੈ ਫਾਲਸੋ ਅੱਛਾ ਅੱਗੇ ਆ ਗਿਆ ਸਿਨਿਆਲੇ ਦੀ ਅਤਿੰਸੀਓਨੇ ਵਾਲੀ ਐਨੀਮਲ ਦੀ ਦਮੇਸਤੀ ਕੀ ਠੀਕ ਹੈ ਅਗਲੇ ਲੈਸਨ ਦੇ ਵਿੱਚ ਇਹ ਕਰਨੇ ਆ ਇੱਕ ਹੋਰ ਚੀਜ਼ ਪੇਜ ਨੰਬਰ 104 ਦੇ ਉੱਤੇ ਵੀ ਇੱਕ ਲਫ਼ਜ਼ੇ ਦੀਵਿੰਤਾਰੇ ਇਹ ਵੀ ਜਿੱਥੇ ਆਈਏ ਨਾ ਸਵਾਲ ਸਾਡੇ ਫੇਰ ਹੁੰਦੇ ਨੇ ਦੀਵਿੰਤਾਰੇ ਪਤਾ ਹੈ ਕੀ ਕਰੋ ਇਹਦਾ ਇੱਕ ਇਹ ਵੀ ਕੰਮ ਕਰੋ ਕਿ ਨਾਲ ਇੱਕ ਲਿਸਟ ਬਣਾਉਂਦੇ ਜਾਓ ਨਾਲ-ਨਾਲ ਪ੍ਰੈਕਟਿਸ ਕਰਦੇ ਜਾਓ ਦੀਵਿੰਤਾਰੇ ਤੁਹਾਨੂੰ ਦੱਸਿਆ ਇਹਨੂੰ ਉੱਥੇ ਕਿਧਰੇ ਨੋਟ ਕਰ ਲਓ ਠੀਕ ਹੈ ਕਿ ਭਾਈ ਇਹ ਸਵਾਲ ਵੀ ਸੈਂਪਲ ਤੇ ਫੇਰ ਹੋਵੇ ਇਸ ਤਰ੍ਹਾਂ ਦੇ ਮੇਨ ਮੇਨ ਤੁਹਾਨੂੰ ਗੈਸ ਦੱਸਦਾ ਜਾਵਾਂਗਾ ਉਹ ਤੁਸੀਂ ਨੋਟ ਵੀ ਕਰਦੇ ਜਾਓ ਔਰ ਨਾਲ ਨਾਲ ਹੀ ਪ੍ਰੈਕਟਿਸ ਕਰਦੇ ਜਾਓ ਅਸਲਾਮੁਅਲੈਕੁਮ ਫੀ ਅਮਾਨਿਲਲਾਹ